मत सुभ मस्त भुजंग प्रयात छंड जी रचा बैर बाद इथे आके समाप्ति हो गई अध्याय दी, दुआ अध्याय शुरू हो गया अगे। हाँ जी भुजंग प्रयात छंद रचा बैर बादंग विधाते अपारंग विधाते ने बैर बाद रच दिता नवा एक बाद शुरू हो गया बाद विवाद शुरू हो जिवें इन्हां ने बाद विवाद शुरू कीता ਇਹ ਵੀ ਚੰਗੇ ਵਾਸਤੇ ਹੀ ਹੋਇਆ ਵਿਧਾਤੇ ਅਪਾਰ ਬਾਅਦ ਵਿੱਚ ਦੱਸਾਂਗੇ ਕੀ ਹੈ ਚੰਗਾ ਇਹ ਚੋਂ ਨਿਕਲਣਾ ਕੀ ਹੈ ਆ ਜਿਹੜਾ ਸਾਡੇ ਹੋਇਆ ਇਹ ਵੀ ਵਧੀਆ ਹੋਇਆ ਚੰਗਾ ਹੋਇਆ ਇਹ ਤੇ ਬਿਨਾਂ ਗੱਲ ਬਣਨੀ ਨਹੀਂ ਸੀ ਚਾਹੀਦਾ ਹੀ ਸੀ ਜਿਸੇ ਸਾਥ ਸਾਕਿਓ ਨਾ ਕਉ ਸੁਧਾਰਨ ਬਸ ਉਹਨੂੰ ਮਿਟਾ ਨਹੀਂ ਸਕਿਆ ਉਹੀ ਜਿਵੇਂ ਕ੍ਰਿਸ਼ਨ ਮਿਟਾ ਰਿਹਾ ਮਹਾਭਾਰਤ ਦੇ ਵਿੱਚ ਵੀ ਲੜਾਈ ਨਾ ਹੋਵੇ ਹਟ ਨਹੀਂ ਰਹੀ ਉਹਨੇ ਕਿਹਾ ਵਿਧਾਤੇ ਦਾ ਇਹ ਹੁਕਮ ਭਾਈ ਇਹ ਮਿਟਿਆ ਨਹੀਂ ਜਾ ਸਕਦਾ ਹੁਣ ਕੋਈ ਨਹੀਂ ਜਿਵੇਂ ਉਹਦਾ ਹੁਕਮ ਹੋ ਲੈਣ ਦੋ ਇਹ ਜਾਈ ਬਥੇਰੇ ਸਮਝਾਉਣ ਵਾਲੇ ਬਥੇਰੇ ਸਮਝਾ ਰਹੇ ਵੀ ਭਾਈ ਇਹ ਰਾਹ ਨਾ ਚੱਲੋ ਇਹ ਚੰਗਾ ਨਹੀਂ ਰਾਹ ਪਰ ਨਹੀਂ ਮਿਟਿਆ ਨਹੀਂ ਰਾਹ ਬਲੀ ਕਾਮ ਰਾਇਨ ਮਹਾਲੋਭ ਮੋਹਨ ਬਲੀ ਕਾਮ ਰਾਇਨ ਕਾਮਨਾ ਜਿਹੜੀ ਹੈ ਸਭ ਤੋਂ ਬਲਵਾਨ ਹੈ ਇੱਛਾ ਮੇਰਾ ਹੀ ਰਾਜ ਹੋ ਜਾਏ ਸਾਰੇ ਮਹਾਲੋਭ ਮੋਹਨ ਲੋਭ ਉਹ ਵੀ ਕੋਈ ਘੱਟ ਨਹੀਂ ਹਨ ਉਹ ਵੀ ਮਹਾਨ ਨੇ ਸ਼ਕਤੀਸ਼ਾਲੀ ਨੇ ਇਹ ਕਾਮਨਾਵਾਂ ਇੱਛਾਵਾਂ ਜਾਂ ਲੋਭ ਪੈਦਾ ਹੋ ਜਾਂਦਾ ਹੈ ਸਮਝੋ ਰਖੇੜ ਦਿੰਦਾ ਸਾਰਿਆਂ ਨੂੰ ਤੇਦਾ ਇਕੱਠਾ ਜਿਹੜੀ ਯੂਨਿਟੀ ਹੁੰਦੀ ਹੈ ਉਹਨੂੰ ਖਤਮ ਕਰ ਦਿੰਦਾ ਹਿੰਦੁਸਤਾਨ 'ਚ ਕੀ ਹੋਇਆ ਤਿੰਨੇ ਚੀਜ਼ਾਂ ਹੋਈਆਂ ਉਹਦੀ ਬੜੀ ਕਾਮ ਰਾਇੰਗ ਮਹਾਲੋਭ ਮੋਹ ਮਹਾਲੋਭ ਇੱਥੇ ਤਾਂ ਪੈਸਾ ਚੱਕ ਚੱਕ ਕੇ ਬਾਹਰਲੇ ਬੈਂਕਾਂ 'ਚ ਭੇਜੀ ਜਾਂਦੇ ਜਿਹੜਾ ਅੱਗੇ ਆ ਜਾਂਦਾ ਉਹੀ ਲੁੱਟ ਕੇ ਖਾ ਜਾਂਦਾ ਕਾਹਦੀ ਨਿਸ਼ਾਨੀ ਹੈ ਮਾੜੇ ਵਗਤ ਦੀ ਨਿਸ਼ਾਨੀ ਹੈ ਪੈੜੇ ਵਗਤ ਦੀ ਨਿਸ਼ਾਨੀ ਏਕਤਾ ਦੀ ਨਿਸ਼ਾਨੀ ਨਹੀਂ ਹੈ ਏਕਤਾ ਕਿਵੇਂ ਹੋਵੇ ਪਬਲਿਕ ਦੇ ਵਿੱਚ ਦੂਏ ਪਾਸੇ ਜਿਹੜੇ ਮੁੰਡੇ ਉੱਠੇ ਨੇ ਬੰਦੂਕਾਂ ਲੈ ਕੇ ਕਿਉਂ ਇਹਨਾਂ ਨੂੰ ਦੇਖ ਕੇ ਉੱਠੇ ਨੇ ਵੀ ਇਹ ਤਾਂ ਹਟਦੇ ਹੀ ਨਹੀਂ ਗਾਹੇ ਗਾਹ ਵਧੀ ਜਾਂਦੇ ਨੇ ਉਹਨਾਂ ਨੂੰ ਆਪਣਾ ਫਿਊਚਰ ਡਾਰਕ ਲੱਗਦਾ ਮਰਨਾ ਹੀ ਚੰਗਾ ਉਹਨਾਂ ਨੂੰ ਸਮਝਾਉਣ ਵਾਲੇ ਪੁੱਠੀ ਮੱਤ ਦੇਈ ਜਾਂਦੇ ਉਹਨਾਂ ਨੂੰ ਮੌਕਾ ਮਿਲਦਾ ਇਹਨਾਂ ਦਾ ਕਰੈਕਟਰ ਦੇਖ ਕੇ ਉਹਨਾਂ ਨੂੰ ਪੁੱਠੀ ਮੱਤ ਵਾਲੇ ਨੂੰ ਮੌਕਾ ਮਿਲਦਾ ਇਹ ਵੀ ਵਿਧਾਤੇ ਦੀ ਖੇਡ ਹੈ ਪਾਸੇ ਅਸਰ ਕੀ ਪੈਂਦਾ ਗਯੋ ਕੌਣ ਵੀਰਨ ਸੋ ਯਾਤੇ ਅਲੋਹੰ ਇਹ ਤਾਂ ਕੋਈ ਵੀ ਵੀਰ ਨਹੀਂ ਬਚ ਸਕਿਆ ਕੋਈ ਬਹਾਦਰ ਐਸਾ ਨਹੀਂ ਹੈ ਇਹਨਾਂ ਚੀਜ਼ਾਂ ਤੋਂ ਬਚ ਗਿਆ ਹੋਵੇ ਬਸ ਉਹ ਹੀ ਬਚਦਾ ਫਿਰ ਗੁਰਮੁਖੇ ਬਚਦਾ ਇਹਨਾਂ ਤੇ ਤਹਾਂ ਵੀਰ ਬੰਕੇ ਉਹ ਜਿਹੜਾ ਬਚਦਾ ਉਹ ਵੀਰ ਨਹੀਂ ਉਹ ਮਹਾਂਵੀਰ ਹੈ ਫਿਰ ਤਹਾਂ ਵੀਰ ਬੰਕੇ ਬਕੇ ਆਪ ਮਦਨ ਉੱਥੇ ਜਿਹੜੇ ਜਵਾਨ ਸੂਰਮੇ ਵੀਰ ਆਪਸ ਵਿੱਚ ਹੀ ਖੈਬੜ ਪਏ ਬਕੇ ਆਪ ਮਦਨ ਆਪਸ ਵਿੱਚ ਹੀ ਖੈਬੜ ਪਏ ਉੱਠੇ ਸ਼ਸਤਰ ਲੈ ਲੈ ਮਚਾ ਜੁੱਧ ਸੁਧਨ ਬਾ ਉਹ ਸ਼ਸਤਰ ਲੈ ਕੇ ਭਿੜ ਗਏ ਆਪਸ ਵਿੱਚ ਹੀ ਜੰਗ ਮਚ ਗਈ ਮਚਾ ਜੁੱਧ ਸੁਧਨ ਬਸ ਸਭ ਯੁੱਧ ਪੈਦਾ ਹੋ ਗਿਆ ਜੁੜ ਪਏ ਆਪਸ ਵਿੱਚ ਹੀ ਕਟਾਵੜੀ ਹੋ ਗਈ ਕਾਹੂ ਖਪਰੀ ਖੋਲ ਖੰਡੇ ਅਪਾਰੰ ਕਿਤੇ ਖਪਰੀਆਂ ਖੱਪ ਖੋਲੇ ਪਏ ਨੇ ਉਹ ਜਿਹਦੇ ਸਿਰ ਚ ਲੱਗਣਾ ਖੱਪ ਖੋਲੇ ਹੀ ਜਾਣੇ ਖੰਡੇ ਅਪਾਰੰ ਕਈ ਟੁਕੜੇ ਕਰਤੇ ਕਿਸੇ ਦੀ ਬਾਂਹ ਵੱਡੀ ਪਈ ਹੈ ਕਿਸੇ ਦੀ ਲੱਤ ਵੱਡੀ ਪਈ ਹੈ ਕਿਸੇ ਦਾ ਸਿਰ ਵੱਢਿਆ ਪਿਆ ਨਚੇ ਵੀਰ ਬੈਤਾਲ ਡੌਰੂ ਡਕਾਰੰ ਬਸ ਵੀਰ ਬੈਤਾਲ ਨੱਚ ਗਏ ਬੈਤਾਲ ਜਦ ਨੱਚਦਾ ਜਾਂ ਸਿਰ ਦੇ ਸਿਰ ਤੇ ਕਾਲ ਨੱਚਣ ਲੱਗ ਜਾਏ ਉਹਨੂੰ ਬੈਤਾਲ ਕਹਿੰਦੇ ਨੇ ਬਸ ਉਹ ਸਾਰਿਆਂ ਨੂੰ ਮਾਰ ਦੋ ਹੀ ਲੱਗਦੀ ਹੈ ਉਹਦਾ ਕੁਛ ਸੋਚਦਾ ਹੀ ਸਭ ਨੂੰ ਸਾਰਿਆਂ ਦੇ ਉੱਤੇ ਸਿਰ ਤੇ ਕਾਲ ਨੱਚ ਜਾਂਦਾ ਸਾਰੇ ਕਾਲ ਦਾ ਰੂਪ ਧਾਰਨ ਕਰ ਜਾਂਦੇ ਨੇ ਇੱਕ ਦੂਏ ਵਾਸਤੇ ਸਾਰੇ ਕਾਲ ਦਾ ਰੂਪ ਧਾਰਨ ਕਰ ਜਾਂਦੇ ਨੇ ਇਹ ਖੇਡ ਹੈ ਉਹਦੀ ਪਰਮੇਸ਼ਰ ਦੀ ਹਵਾ ਹੀ ਐਸੀ ਚਲਾ ਦਿੰਦਾ ਕਹੂੰ ਈਸ ਸੀਸੰ ਪੂਏ ਰੁੰਡ ਮਾਲੰ ਕਈ ਸੀਸ ਕਈ ਰਾਜਾਂ ਦੇ ਸਿਰ ਕੱਟੇ ਪਏ ਨੇ ਪੂਏ ਰੁੰਡ ਮਾਲੰ ਰੁੰਡ ਮਾਲੰ ਜਿਹੜੇ ਸਿਰਾਂ ਦੀਆਂ ਲਹਿਰੇ ਕਤਾਰੇ ਲੱਗੀਆਂ ਪਈਆਂ ਨੇ ਕਹੂੰ ਡਾਕ ਡੌਰੂ ਕਹੂੰ ਕਵੀ ਤਾਲੰ ਕਹੂੰ ਡਾਕ ਡੌਰੂ ਬੈਦਾ ਕਹਿੰਦੇ ਮਾਰ ਲਓ ਹੁੰਦੀ ਹੈ ਕਈ ਬਤਾਲ ਨੱਚਦੇ ਨੇ ਬਤਾਲ ਨੱਚਦੇ ਨੇ ਉਹਨਾਂ ਦੇ ਅੰਦਰ ਗੁੱਸਾ ਹੈ ਵੀ ਮੈਂ ਇਹਦਾ
ਮਾਰ ਕੇ ਹੀ ਛੱਡਣਾ ਹੀ ਹੈ ਨੀ, ਦੂਰੋਂ ਉਹਦਾ ਦੇਖ ਕੇ ਭੱਜ ਕੇ। ਚਵੀ ਚਾਮੜੀਆਂ ਕਿਲਕਾਰ ਕੰਕਣ, ਬਸ ਐ ਕਿਲਕਾਂ ਮਾਰਦੇ ਨੇ ਇੱਕ ਦੂਏ ਨੂੰ ਜਿਵੇਂ ਡੈਣਾ ਖਾਣ ਵਾਲੀਆਂ ਹੁੰਦੀਆਂ ਨੇ। ਚਵੀ ਚਾਵੜੀਆਂ ਕੜੀ ਕਿਲਕਾਰੰ, ਜਿਵੇਂ ਆਪਸ ਵਿੱਚ ਆਪ ਰੂਪ ਧਾਰਨ ਕੀਤੇ ਹੋਏ ਨੇ ਅਕਾਲੀ ਦੇ ਯਾਰ, ਇਹਨਾਂ ਡੈਣਾ ਦੇ ਆਦਮੀਆਂ ਨੇ ਡੈਣਾ ਦੇ ਇੱਕ ਦੂਏ ਨੂੰ ਰੂਪ ਧਾਰਨ ਕੀਤੇ ਹੋਏ। ਉਹ ਡੈਣਾ ਨਹੀਂ ਹੁੰਦੀਆਂ, ਆਦਮੀ ਬਣ ਜਾਂਦਾ। ਕਹਿੰਦੇ ਮਾਂ ਡੈਣ ਪੁੱਤਾਂ ਨੂੰ ਖਾਵੇ, ਉਸਾਰ ਲਈ ਹੈ ਪੁੱਤਾਂ ਨੂੰ ਯਾਰ ਦੇ ਕੇ ਜਿਹੜੀ ਮਾਰ ਦੇਵੇ, ਦੇਖਿਆ ਨੀ ਖੂਹ ਸੜ ਦਿੰਦੀਆਂ ਨੇ। ਉਹ ਡੈਣ ਹੁੰਦੀ ਹੋਰ ਕੀ ਹੁੰਦੀ, ਉਹ ਡੈਣ ਉਹ ਜਿਹੀ ਨਹੀਂ ਹੁੰਦੀ, ਬਸ ਇਹ ਆਤਮਾ ਹੀ ਡੈਣ ਹੁੰਦੀ ਹੈ। ਉਹਦੀ ਆਤਮਾ ਦੀ ਬਣਨਾ ਸਰੀਰ ਕੀ ਹੁੰਦਾ, ਆਤਮਾ ਹੀ ਡੈਣ ਹੈ, ਆਤਮਾ ਦੇ ਨਾਲ ਇਹ ਸਾਰਾ ਸੰਬੰਧ। ਆਤਮਾ ਦਾ ਰੂਪ ਐਸਾ ਹੋ ਜਾਂਦਾ, ਉਹ ਭਿਅੰਕਰ ਰੂਪ ਵਾਲੀ ਆਤਮਾ ਹੋ ਜਾਂਦੀ ਹੈ। ਆਤਮਾ ਭਿਅੰਕਰ ਰੂਪ ਧਾਰਨ ਕਰ ਲੈਂਦੀ ਹੈ, ਉਹੀ ਦੇਵੀ ਹੋ ਜਾਂਦੀ ਹੈ, ਉਹੀ ਦੇਵੀ ਹੋ ਜਾਂਦੀ ਹੈ, ਉਹੀ ਡੈਣ ਬਣ ਜਾਂਦੀ ਹੈ। ਉਹਦੇ ਹੀ ਰੂਪ ਨੇ ਅੰਦਰ ਲੈਣ ਦੇ ਬਦਲ। ਗੁੱਥੀ ਲੁੱਥ ਜੁੱਥੰ ਬਹੇ ਵੀਰ ਬੰਕੰ, ਲੁੱਥਾਂ ਦੇ ਲੁੱਥਾਂ ਚੜ ਗਈਆਂ ਇੱਕ ਦੂਏ ਤੇ, ਪਰੀ ਕੁੱਟ ਕੁੱਟੰਗ ਲੁਲੇ ਤੱਛ ਮੁੱਛੰ, ਐਸੀ ਕੁੱਟ ਪਈ ਕਟਾ ਵੱਡੀ ਹੋਈ, ਤੱਛ ਹਰ ਮੁੱਛ ਤੱਛੇ ਹੋਏ ਸਰੀਰ, ਰੁਲੇ ਤੱਛ ਮੁੱਛੰ ਤੱਛੇ ਹੋਏ ਸਰੀਰ, ਟੁੱਕੇ ਹੋਏ ਸਰੀਰ ਰੁੜਦੇ ਫਿਰਦੇ ਨੇ, ਰੁੜੇ ਤੱਛ ਪੁੱਛਣ ਰਹੇ ਹੱਥ ਡਾਰੇ ਉਬੇ ਉਰਦ ਮੁੱਛਣ, ਬਸ ਉਵੇਂ ਉਲਟੇ ਪਏ ਨੇ ਮੁੱਛਾਂ ਦੇ ਹੱਥ, ਹੱਥ ਚ ਨੇ ਸਿਰ ਮਤਲਬ ਹੈ, ਉਵੇਂ ਪਏ ਨੇ ਮੁੱਛਾਂ ਸਣੇ ਵੱਡੇ ਪਏ ਨੇ। ਕਹੂੰ ਖੋਪਰੀ ਖੋੜ ਖਿੱਗੰ ਖਤੰਗੰ, ਕਿਤੇ ਖੋਪਰੀਆਂ ਪਈਆਂ ਨੇ ਸਿਰਾਂ ਦੀਆਂ, ਕਿਤੇ ਖਤੰਗ ਜਿਹੜੇ ਨੇ ਘੋੜੇ ਨੇ, ਕਿਤੇ ਉਹ ਜਿਹੜੇ ਪੱਠੇ ਹੁੰਦੇ ਨੇ ਤੀਰ ਪਾਏ ਹੁੰਦੇ ਨੇ ਉਹ ਰੁਲੇ ਫਿਰਦੇ ਨੇ, ਸਮਾਨ ਜੰਗ ਦਾ ਰੁਲਿਆ ਫਿਰਦਾ, ਖਗਾਂ ਰੁਲੀਆਂ ਫਿਰਦੀਆਂ ਨੇ, ਤਲਵਾਰਾਂ ਰੁਲੀਆਂ ਫਿਰਦੀਆਂ ਨੇ, ਉਹ ਸਾਰਾ ਸਮਾਨ ਰੁੜਨਾ ਹੀ ਹੈ ਜਾਂ ਬੰਦੇ ਮਰ ਜਾਂਦੇ ਨੇ, ਸਮਾਨ ਸਾਰਾ ਖਿੜਪੁੱਟ ਜਾਂਦਾ। ਘੋੜੇ ਵੱਡੇ ਹੋਏ ਨੇ, ਘੋੜਿਆਂ ਦੀਆਂ ਕਾਠੀਆਂ ਰੁਲਦੀਆਂ ਫਿਰਦੀਆਂ ਨੇ, ਸਾਰਾ ਕੁਛ ਸਮਾਨ ਰੁੜਨਾ ਹੀ ਹੈ ਉੱਥੇ, ਹੋਰ ਕੀ ਹੁਣ। ਕਹੂੰ ਖੱਤਰੀਆਂ ਖਗ ਖੇਤ ਨਿਖੰਗੰ, ਕਿਤੇ ਯੋਧੇ ਸੂਰਮੇ ਨੇ ਖੱਤਰੀ ਨੇ ਛੱਤਰੀ ਲੜਨ ਵਾਲੇ ਨੂੰ ਕਹਿੰਦੇ ਨੇ, ਖਗ ਖੇਤ ਨਿਖੰਗੰ ਖੜੀਆਂ ਤਲਵਾਰਾਂ ਕੱਢੀ ਭੱਜੇ ਆਉਂਦੇ ਨੇ, ਹੋਰ ਖੇਤ ਵਿੱਚ ਰਣ ਵਿੱਚ ਤਲਵਾਰਾਂ ਤੋਂ ਹੀ ਫਿਰਦੇ ਨੇ ਡੰਗੀਆਂ। ਚਵੀ ਚਾਮੜੀ ਡਾਕਣੀ ਡਾਕ ਮਾਰੇ, ਬਸ ਐ ਸਮਝ ਲਓ ਜਿਵੇਂ ਕੋਈ ਡੈਣ ਹੁੰਦੀ ਹੈ ਨਾ ਪਿਆਲਾ ਲਈ ਫਿਰਦੀ ਖੂਨ ਪੀਣ ਦਾ, ਐ ਉਹ ਤਲਵਾਰਾਂ ਲਈ ਫਿਰਦੇ ਨੇ ਬਈ ਜਾਣੀ ਹੁਣ ਇਹਦਾ ਖੂਨ ਤੇਰਾ ਪੀ ਪੀਣਾ ਕੀ ਹੈ, ਡੋਲਣਾ ਹੀ ਹੁੰਦਾ, ਐ ਰੂਪ ਧਾਰਨ ਕੀਤੇ ਹੁੰਦੇ ਵੀ ਇਹਦਾ ਖੂਨ ਪੀ ਕੇ ਛੱਡਣਾ। ਕਹੂੰ ਭੈਰ ਵੀ ਭੂਤ ਭੈਰੋਂ ਬਕਾਰੇ, ਭੈਰ ਵੀ ਭੂਤ ਆਤਮਾ ਹੀ ਹੈ, ਇਹ ਰੂਪ ਧਾਰਨ ਕੀਤੇ ਆਤਮਾ ਦੇ ਰੂਪ ਨੇ, ਇਹ ਭੈਰਵੀ ਦਾ ਰੂਪ ਹੈ, ਭੂਤ ਦਾ ਰੂਪ ਹੈ, ਬੁਕਾਰੇ। ਕਹੂੰ ਵੀਰ ਬੈਤਾਲ, ਆਪਣੇ ਆਪ ਨੂੰ ਇਹ ਗੱਲਾਂ ਕਹਿੰਦੇ ਨੇ ਕਈ ਹਿੰਦੂਆਂ ਦੇ ਵਿੱਚ, ਮੈਂ ਫਲਾਣੇ ਦਾ ਰੂਪ ਆ ਗਿਆ ਤੇਰੇ ਵਾਸਤੇ, ਆ ਜਾ ਬਈ ਕਾਲਾ ਬਣ ਕੇ ਆ ਗਿਆ ਮੈਂ ਤੇਰਾ, ਕੋਈ ਕਹਿ ਦੇਵੇ ਕਿਸੇ ਨੂੰ ਕਿ ਆ ਜਾ ਤੇਰਾ ਕਾਲ ਆ ਗਿਆ, ਅੱਗੇ ਸੁਨੇਹਾ ਭੇਜ ਦਿੰਦੇ ਹੁੰਦੇ ਲਵੇ ਮੈਂ ਤੇਰਾ ਕਾਲ, ਅਸੀਂ ਖਰੀਦ ਲਿਆ, ਬੰਦੂਕ ਖਰੀਦ ਲਈ ਫਰਜ਼ ਕੀਤਾ, ਤੇਰਾ ਕਾਲ ਆ ਗਿਆ ਅਸੀਂ ਖਰੀਦ ਲਿਆ, ਹੁਣ ਤਕੜਾ ਹੋ ਜਾ ਤੂੰ, ਸੁਨੇਹ ਭੇਜ ਦਿੰਦੇ ਕਾਲ ਕੇ ਬੰਦੂਕ ਲੈ ਲਈ, ਵੀ ਇਹ ਤਾਂ ਕਿਹਾ ਨੀ ਬੰਦੂਕ ਲੈ ਲਈ, ਕਾਲ ਲੈ ਲਿਆ ਤੇਰਾ, ਇਹ ਸਿੰਬਲ ਵਰਤੇ ਹੁੰਦੇ, ਇਹ ਭਾਸ਼ਾ ਹੈ, ਇੱਕ ਭਾਸ਼ਾ ਦੇ ਸਿੰਬਲ ਵਰਤੇ ਹੋਏ ਨੇ। ਕਹੂੰ ਵੀਰ ਬੈਤਾਲ ਬੰਕੇ ਬਿਹਾਰੰ, ਹੁਣ ਜਦੋਂ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਬਣਾਤੀਆਂ ਬਾਹਰ ਰੂਪਾਂ ਦੀਆਂ, ਆਦਮੀਆਂ ਬਣ ਗਈਆਂ, ਉਹ ਹੋਰੇ ਗੱਲ ਬਣ ਗਈ, ਨਕਸ਼ਾ ਹੋਰੇ ਬਣ ਗਿਆ। ਕਹੂੰ ਭੂਤ ਪ੍ਰੇਤੰ ਹਸੇ ਮਾਸ ਆਹਾਰੰ, ਭੂਤ ਪ੍ਰੇਤੰ ਮਾਸ ਆਹਾਰ ਕੇ ਹੱਸਦੇ ਨੇ, ਕਿਵੇਂ ਹੱਸਦੇ ਨੇ, ਅੱਗੇ ਐ ਹੁੰਦਾ ਸੀਗਾ ਜਦੋਂ ਸਿੰਘ ਜਿਹੜੇ ਫੜੇ ਜਾਂਦੇ ਸੀ ਨਾ ਜੰਗ ਦੇ ਵਿੱਚ, ਜੰਗ ਹੁੰਦੀ ਸੀ, ਕੋਈ ਸਿੰਘ ਕਈ ਕਾਬੂ ਵੀ ਆ ਜਾਂਦੇ ਸੀ, ਕਈਆਂ ਨੂੰ ਘਰਾਂ ਚੋਂ ਫੜ ਕੇ ਲੈ ਆਉਂਦੇ ਸੀ ਪਿੱਛੇ ਆ ਕੇ, ਇਹ ਕੀ ਕਰਦੇ ਸੀ ਮੁਗਲ, ਇੱਕ ਤਵਾ ਹੁੰਦਾ ਨੀ ਜਿਹੜਾ ਆਪਣਾ ਲੋਹੇ ਦਾ, ਇਹਨੂੰ ਗਰਮ ਕਰ ਲੈਂਦੇ ਲਾਲ ਅੱਗ ਦੇ ਉੱਤੇ, ਅੱਗ ਲੱਕੜਾਂ ਜਾਲ ਕੇ ਰਾਤ ਨੂੰ ਕੱਢਦੇ ਸੀ ਨਾ ਰਾਤ ਸੇਖ ਦੇ ਵਿੱਚ, ਕਿਉਂ ਬਾਹਰੇ ਰਹਿੰਦੇ ਕਿਹੜਾ ਕਮਰੇ ਹੁੰਦੇ ਸੀ, ਚਾਹੇ ਕਿੰਨਾ ਵੀ ਹੋਵੇ ਕੋਰਾ ਪੈਂਦੇ ਦੇ ਵਿੱਚ, ਬਾਹਰ
ਜਿਹੜਾ ਹੈ ਨਾ ਰਹਿਣਾ, ਬਿਨਾਂ ਕਿਤੇ ਨਹੀਂ ਰਿਹਾ ਜਾ ਸਕਦਾ। ਚਾਹੇ ਕੱਪੜੇ ਹੁੰਦੇ ਹੀ ਸੀ ਉਹਨਾਂ ਕੋਲ, ਅਗਲੇ ਉੱਤੇ ਰੱਖ ਕੇ ਦਬਾ ਲਾਲ ਕਰ ਲੈਣਾ, ਸਿੰਘ ਨੂੰ ਕੜਾ ਲੈਣਾ, ਉਹਨੂੰ ਉਹਦਾ ਸਿਰ ਵੱਢ ਦੇਣਾ। ਸਿਰ ਵੱਢ ਕੇ ਇੱਕਦਮ ਤਵੇ ਵਾਲੇ ਨੇ ਚੱਕ ਕੇ ਖੜਾ ਹੋਣਾ, ਤਵਾ ਵੱਢਦੀ ਸਾਰੇ ਅਲੱਦ ਅਲੱਦ ਉਹਨੂੰ ਬੰਨ ਕੇ ਫੜ ਕੇ ਰੱਖਣਾ, ਉਹਨਾਂ ਨੇ ਉਹਦੇ ਉੱਤੇ ਤਵਾ ਰੱਖ ਦੇਣਾ, ਖੂਨ ਨਾ ਨਿਕਲ ਜਾਵੇ ਹੇਠੋਂ। ਤਾਂ ਅੱਠ ਅੱਠ ਦਸ ਦਸ ਮਿੰਟ ਸਿੰਘ ਭੱਜਿਆ ਫਿਰਦਾ ਰਹਿੰਦਾ ਸੀ ਇੱਧਰ ਉੱਧਰ, ਤਮਾਸਾ ਦੇਖਦੇ ਤੇ ਹੱਸਦੇ ਸੀ, ਇੱਦਾਂ ਕਰਦੇ ਹੁੰਦੇ ਸੀ। ਕਿਉਂ ਜਿੰਨਾ ਜਿਹੜਾ ਖੂਨ ਚੱਲਦਾ ਤਵਾ ਤੇ ਚਿੰਬੜ ਜਾਂਦਾ ਨੇ, ਇੱਕਦਮ ਲਾਲ ਰੱਖਿਆ ਹੋਇਆ ਉੱਤੇ, ਖੂਨ ਉਹ ਕਰਦਾ ਨੀ, ਉਹਦੇ ਨਾਲ ਲਾ ਕੇ ਥੱਲੇ ਨੂੰ ਮੁੜੀ ਜਾਂਦਾ, ਖੂਨ ਗਰਮ ਰਹਿੰਦਾ, ਗਰਮ ਵੀ ਰਹਿੰਦਾ। ਏਦਾਂ ਕਰਦੇ ਹੁੰਦੇ ਸੀ, ਹੱਸਦੇ ਸੀ, ਹੱਸੇ ਅਮਾਸਾਲ ਉਹ ਹੱਸਦੇ ਸੀ ਨਾ, ਉਹ ਹੱਸਣ ਵਾਲਿਆਂ ਦਾ ਨਕਸ਼ਾ ਹੈ ਇਹ। ਏਦਾਂ ਪਹਿਲਾਂ ਵੀ ਕਰਦੇ ਰਹੇ ਨੇ, ਜ਼ੁਲਮ ਇਹ ਜਿਹੇ ਲੋਕ ਕਰਦੇ ਰਹੇ ਨੇ, ਇਹ ਹੁਣ ਕੀਤਾ ਵੀ ਜੇ ਕੋਈ ਫੜਿਆ ਜਾਵੇ ਜੰਗ ਦੇ ਵਿੱਚ ਉਹਦੇ ਨਾਲ ਜ਼ੁਲਮ ਨਹੀਂ ਕਰਨਾ, ਜੇ ਉਹਦਾ ਫੜਿਆ ਜਾਵੇ ਜੇ ਉਹਨੂੰ ਮਾਰ ਦੇਵੇ ਬਾਅਦ ਚ ਮੁਕੱਦਮਾ ਚੱਲ ਪੈਂਦਾ। ਦੂਏ ਕੈਦੀ ਵੀ ਮਾਰ ਦੇਣੇ ਜਿਹੜੇ ਨੇ ਨਾ, ਅਫਗਾਨਿਸਤਾਨ ਚ ਕੈਦੀ ਮਾਰਦੇ ਸੀ, ਕੇਸ ਚੱਲ ਪਿਆ ਉਹਦੇ, ਕੈਦੀ ਨੇ ਚਾਹੇ ਦੁਸ਼ਮਣ ਦੇ ਨੇ ਮਾਰ ਨਹੀਂ ਸਕਦੇ ਸੀ ਉਹਨਾਂ ਨੂੰ, ਜਿਉਂਦਾ ਬੰਦਾ ਫੜ ਲਿਆ ਦੁਸ਼ਮਣ ਦਾ ਜ਼ਖਮੀ ਹੋਇਆ, ਸਾਡਾ ਫਰਜ਼ ਆ ਉਹਦਾ ਉਪਚਾਰ ਕਰਨਾ, ਮਾਰਨਾ ਨਹੀਂ, ਉਹਦਾ ਨਿਯਮ ਨਹੀਂ ਸੀ ਇਹ। ਇਹ ਨਿਯਮ ਯੂਰਪ ਵਾਲਿਆਂ ਦੇ ਬਣਾਏ ਹੋਏ ਨੇ, ਇਹ ਉਹਨਾਂ ਦੀ ਚੰਗੀ ਗੱਲ ਹੈ। ਜਦ ਤੋਂ ਯੂਰਪ ਵਾਲੇ ਇੱਧਰ ਆਏ ਨੇ ਅੰਗਰੇਜ਼ ਆਏ ਨੇ, ਜਦ ਤੇ ਨਿਯਮ ਬਣੇ ਨੇ, ਕੁਛ ਉਹਨਾਂ ਦੀਆਂ ਗੱਲਾਂ ਚੰਗੀਆਂ ਵੀ ਨੇ, ਚਾਹੀਦੀਆਂ ਵੀ ਨੇ, ਸਾਡੇ ਨਿਯਮ ਨਹੀਂ। ਸਾਡੇ ਕੀ ਅਕਰੂਵਲ ਸੀ ਨਿਯਮ ਸਾਡੇ, ਜਦੋਂ ਪਿੱਛੇ ਜੰਗ ਸੀ ਦੱਸਦੇ ਨੇ, ਐਡੇ ਡੋਗਰੇ ਸੀ ਨਾ ਆਪਣੇ, ਇਹ ਵੀ ਕਰੂਅਲ ਸੀ, ਡੋਗਰੇ ਕਰੂਅਲ ਸੀ, ਧਿਆਨ ਚੰਦ ਉਹਨੇ ਵੀ ਡੋਗਰੇ ਸੀ ਨਾ, ਉਹਦੇ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ। ਡੋਗਰੇ ਆਪਣੇ ਆਪ ਨੂੰ ਬੜੇ ਬਹਾਦਰ ਸਮਝਦੇ ਸੀ, ਅਲੱਗ ਅਲੱਗ ਪਟਨਾ ਬਣਾਈ ਹੋਈ ਸੀ ਡੋਗਰਿਆਂ ਦੀ, ਅਲੱਗ ਸਿੱਖਾਂ ਦੀ ਅਲੱਗ, ਗੋਰਖਿਆਂ ਦੀ ਅਲੱਗ ਪਟਨਾ ਸੀ। ਕਹਿੰਦੇ ਇਹਨਾਂ ਨੇ ਕੀ ਕਰਨਾ, ਜਿਹੜੇ ਜਰਮਨ ਦੇ ਕੈਦੀ ਫੜੇ ਜਾਣੇ, ਇਹਨਾਂ ਨੇ ਖੋਖਰੀਆਂ ਲੈ ਕੇ ਨਾ, ਖੋਖਰੀਆਂ ਹੁੰਦੀਆਂ ਗੋਰਖਿਆਂ ਕੋਲ, ਗੋਰਖਿਆਂ ਨੇ ਡੋਗਰਿਆਂ ਨੇ ਉਹਨਾਂ ਸਿਰ ਵੱਢਦੇ ਨੇ। ਹਾਲਾਂਕਿ ਅੰਗਰੇਜ਼ ਨਹੀਂ ਸੀ ਚਾਹੁੰਦੇ, ਪਰ ਫਿਰ ਵੀ ਕੀ ਕਰਨ, ਜਦੋਂ ਇੱਕ ਪਲਟਣ ਦੇ ਵਿੱਚ ਅਫਸਰੇ ਹੋ ਰਹੇ, ਉਹ ਉਦੋਂ ਨਹੀਂ ਨਾ ਕੁਛ ਕਹਿੰਦੇ, ਉਹਨਾਂ ਦੇ ਕੰਮ ਜੋ ਲੈਣਾ ਹੁੰਦਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਐਂ ਕਰਦੇ ਨੇ, ਪਤਾ ਤਾਂ ਲੱਗੇ ਜਾਂਦਾ ਦੂਏ ਪਾਸੇ ਵੀ ਉਹ ਐਂ ਕਰਦੇ ਨੇ, ਸਾਡੇ ਬੰਦਿਆਂ ਨੂੰ ਇਹ ਵੜ ਦਿੰਦੇ ਨੇ। ਕਹਿੰਦੇ ਠੀਕ ਹੈ, ਜਿਹੜੇ ਇਹਨਾਂ ਦੇ ਬੰਦੇ ਫੜ ਲੈਣੇ ਉਹਨਾਂ ਨੇ, ਉਹਨੇ ਟੈਂਕ ਥੱਲੇ ਦੇ ਦੇਣੇ, ਫਿਰ ਜਿਉਂਦੇ ਹੀ ਉਹ ਟੈਂਕ ਥੱਲੇ ਦੇਣ ਲੱਗ ਗਏ, ਫਿਰ ਇਹ ਹਟ ਗਏ। ਉਹਨਾਂ ਨੇ ਟੈਂਕ ਦੇ ਬੰਨ ਕੇ ਸਿਰ ਦੇਣੇ, ਫੌਜੀ ਦੱਸਦੇ ਨੇ ਜਿਹੜੇ ਉਦੋਂ ਦੇ ਸੀ, ਕਹਿੰਦੇ ਉਹਨੇ ਟੈਂਕ ਉੱਤੇ ਲੁਕਾ ਦੇਣੀ, ਚਟਣੀ ਉਹ ਬਣਾ ਦੇਣੀ, ਫਿਰ ਉਹਦੀ ਇਹਨਾਂ ਨੂੰ ਪਤਾ ਲੱਗਾ ਸਾਡੇ ਬੰਦੇ ਨੂੰ ਐਂ ਕਰਦੇ ਨੇ, ਫਿਰ ਹਟ ਗਏ। ਇੱਦਾਂ ਹੈ ਕਰੂਅਲਟੀ ਜਿਹੜੀ ਹੈਗੀ ਹੈ, ਪਿੱਛੇ ਜ਼ਿਆਦਾ ਸੀ। ਹੁਣ ਇਹ ਹੈ ਵੀ ਜੰਗ ਦੇ ਵਿੱਚ ਜੇ ਹੁੰਦਾ ਤਾਂ ਘੱਟ ਤੋਂ ਘੱਟ ਬੰਦੇ ਵੱਲ ਕਾਬੂ ਪਾਉਣਾ ਹੁੰਦਾ, ਕਾਬੂ ਪਾ ਲਿਆ ਜਾਵੇ ਦੂਏ ਤੇ। ਡਾਕੂਆਂ ਨੂੰ ਵੀ ਚਾਹੁੰਦੇ ਨੇ ਵੀ ਜੇ ਬਿਨਾਂ ਮਾਰੇ ਤੇ ਫੜੇ ਜਾਣ ਤਾਂ ਚੰਗਾ, ਅੱਤਵਾਦੀਆਂ ਨੂੰ ਵੀ ਚਾਹੁੰਦੇ ਨੇ ਜੇ ਬਿਨਾਂ ਮਾਰੇ ਤੇ, ਪਰ ਜੇ ਬਾਹਰ ਨਾ ਲੱਗੇ ਮਰੇ ਜਾਣ ਉਹ ਅਲੱਗ ਗੱਲ ਹੈ, ਪਰ ਜੇ ਬਿਨਾਂ ਮਰੇ ਤੇ ਫੜੇ ਜਾਣ ਤਾਂ ਚੰਗੀ ਗੱਲ ਹੈ। ਇਹ ਗੱਲ ਅੰਗਰੇਜ਼ਾਂ 'ਚ ਆਈ ਹੋਈ ਹੈ, ਚੰਗੀ ਗੱਲ ਹੈ, ਮਾੜੀ ਨਹੀਂ ਹੈ। ਕਈ ਗੱਲਾਂ ਚੰਗੀਆਂ ਵੀ ਨੇ, ਇਹ ਨਵੀਂ ਪੜਤ ਪਾਈ ਹੈ ਸਾਡੇ ਇਹ ਦੇਸ਼ 'ਚ, ਸਾਡੇ ਕਾਲਿਆਂ ਦੇ ਵਿੱਚ ਇਹ ਨਹੀਂ ਸੀ, ਸਾਡੇ ਜ਼ੁਲਮ ਜ਼ਿਆਦਾ ਸੀ। ਸਿੱਖਾਂ ਨੇ ਪੜਤ ਪਾਈ ਸੀ ਕਿ ਦੁਸ਼ਮਣ ਦਾ ਵੀ ਬੰਦਾ ਕਰਿਆ ਹੈ, ਪਾਣੀ ਉਹਨੂੰ ਵੀ ਪਿਲਾ ਦਈਏ ਬਚਾ ਲਈਏ, ਉਹ ਵੀ ਚੰਗਾ। ਉਹ ਪਾਈ ਘਰੀ ਵਾਲੀ ਇਹੀ ਸਾਖੀ ਹੈ, ਅਸੀਂ ਇਹ ਪੜਤ ਪਾਈ ਸੀ, ਦੁਸ਼ਮਣ ਸਾਰੇ ਨਹੀਂ ਹੁੰਦੇ, ਫੌਜੀ ਤਾਂ ਵਿਚਾਰੇ ਗਰੀਬ ਹੁੰਦੇ, ਤਨਖਾਹ 'ਤੇ ਲੜਦੇ ਹੁੰਦੇ ਨੇ, ਲੜਨਾ ਉਹਨਾਂ ਦੀ ਮਜਬੂਰੀ ਹੁੰਦੀ। ਸਾਡੇ ਸਿਖਾਇਦੇ ਵੀ ਜਿਹੜੇ ਤੁਹਾਡੇ ਫੌਜੀ ਲੜਦੇ ਨੇ ਇਹ ਤੁਹਾਡੇ ਦੁਸ਼ਮਣ ਨਹੀਂ ਹਨ, ਇਹ ਨਹੀਂ ਦੁਸ਼ਮਣ, ਇਹ ਤਾਂ ਵਿਚਾਰੇ ਤਨਖਾਹ ਨੂੰ ਲੜਦੇ ਨੇ। ਕੁਛ ਆਦਮੀ ਦੁਸ਼ਮਣ ਹੁੰਦੇ ਨੇ ਉਹਨਾਂ 'ਚ, ਨਫ਼ਰਤ ਜਿਹਨਾਂ ਦੇ ਵਿੱਚ ਹੋਵੇ,
ਕੁਝ ਵਿਚਾਰੇ ਹੁੰਦੇ ਹੀ ਹੁੰਦੇ ਨੇ, ਜਿਹੜੇ ਉੱਦਾਂ ਵਾਲੇ ਹੁੰਦੇ ਨੇ ਉਹਦਾ ਜਾਣ ਕੇ ਭੱਜ ਜਾਂਦੇ ਹੁੰਦੇ ਨੇ। ਬਹੁਤ ਸਾਰੇ ਫੌਜ ਇਹੋ ਜਿਹੇ ਹੁੰਦੇ ਸੀ, ਜਦੋਂ ਸਿੰਘ ਜਾਂਦੇ ਸੀ ਨਾ ਉਹ ਰਾਹ ਆਪੇ ਦੇ ਦਿੰਦੇ ਸੀ, ਕਹਿੰਦੇ ਨਹੀਂ ਸੀ ਕੁਛ ਵੀ, ਲੰਘ ਜਾਓ ਅਸੀਂ ਕੀ ਲੈਣਾ, ਅਸੀਂ ਤਾਂ ਹੁਣ ਨਾਲ ਆਏ ਹੋਏ ਹਾਂ ਕੀ ਕਰੀਏ। ਏਦਾਂ ਦਾ ਜੇ ਸਾਰੇ ਲੜਨ ਮਿੰਟਾਂ ਚ ਮਰ ਜਾਣ ਸਾਰੇ, ਸਾਰੇ ਨਹੀਂ ਲੜਦੇ ਹੁੰਦੇ, ਧੱਕੇ ਧਕਾਈ ਲੜਦੇ ਹੁੰਦੇ। ਅਸੀਂ ਇਹ ਪਿੜ ਸ਼ੁਰੂ ਕੀਤੀ ਸੀ ਕਿ ਦੁਸ਼ਮਣ ਨਹੀਂ ਹੈ ਸਾਡੇ, ਸਾਰੇ ਕੋਈ ਵੀ ਦੁਸ਼ਮਣ ਨਹੀਂ, ਨਾ ਕੋਈ ਬੈਰੀ, ਨਾ ਹੈ ਵਗਾਰਨਾ ਸਾਡਾ, ਨਾ ਇਹ ਗੁਰਬਾਣੀ ਦਾ ਉਪਦੇਸ਼ ਹੈ, ਕੋਈ ਬੈਰੀ ਵਗਾਰਨਾ ਹੈ ਨਹੀਂ। ਅਸੀਂ ਉਹਨੂੰ ਵੀ ਬੈਰੀ ਵਗਾਰਨਾ ਨਹੀਂ ਮੰਨਦੇ ਜਿਹੜਾ ਦੂਏ ਪਾਸੇ ਦੁਸ਼ਮਣ ਵੀ ਹੈ ਸਾਡਾ, ਸਾਡਾ ਦੁਸ਼ਮਣ ਕੋਈ ਹੈ ਹੀ ਨਹੀਂ, ਸਾਨੂੰ ਗੁਰਬਾਣੀ ਹੀ ਸਮਾਉਂਦੀ ਹੈ ਨਾ ਇਹ ਗੱਲ। ਅਸੀਂ ਜੰਗ ਵਿੱਚ ਜਾ ਕੇ ਵੀ ਗੁਰਮਤ ਨਹੀਂ ਛੱਡਣੀ, ਗੁਰਮਤ ਦਾ ਤਿਆਗ ਕਿਸੇ ਸਟੇਜ ਤੇ ਵੀ ਨਹੀਂ ਕਰ ਸਕਦਾ ਸਿੱਖ, ਸਿੱਖੀ ਤੋਂ ਬੇਮੁੱਖ ਨਹੀਂ ਹੋ ਸਕਦਾ ਕਦੇ ਵੀ, ਕਿਸੇ ਵੀ ਪੁਜੀਸ਼ਨ ਚ ਨਹੀਂ ਹੋ ਸਕਦਾ। ਅਸੀਂ ਬਾਉਂਡ ਆ ਗੁਰਮਤ ਦੇ, ਜਿੰਨਾ ਚਿਰ ਗੁਰਮਤ ਦੇ ਬਾਉਂਡ ਆ ਸਿੱਖ, ਜਦ ਅਸੀਂ ਉਹਨਾਂ ਮੁੱਖ ਬਹਿ ਗਏ ਨਾ, ਅਸੀਂ ਵੀ ਕਾਮਨਾ ਦੇ ਵਿੱਚ, ਲੋਭ ਚ, ਕ੍ਰੋਧ ਚ, ਉਦੋਂ ਸਿੱਖੀ ਗਈ ਸਾਡੀ। ਸਿੱਖੀ ਗਈ ਤੋਂ ਬਾਅਦ ਜਿਹੜਾ ਸ਼ਹੀਦ ਹੋਇਆ ਸ਼ਹੀਦ ਨਹੀਂ ਮੰਨਿਆ ਜਾਂਦਾ, ਫਿਰ ਸ਼ਹੀਦ ਉਹ ਮੰਨਿਆ ਜਾਂਦਾ ਸਿੱਖੀ ਪੱਲੇ ਰਹੇ, ਸੱਚ ਪੱਲੇ ਰਹੇ, ਸਰੀਰ ਛੱਡਿਆ ਜਾਵੇ ਤਾਂ ਸ਼ਹੀਦ, ਸਰੀਰ ਤਾਂ ਪਹਿਲਾਂ ਹੀ ਛੱਡਿਆ ਹੋਇਆ। ਸਿੱਖੀ ਗਈ ਤੋਂ ਬਾਅਦ ਸਰੀਰ ਛੱਡਣਾ ਸ਼ਹੀਦ ਨਹੀਂ ਮੰਨਿਆ ਜਾਊਗਾ, ਗੁਰੂ ਵਾਲਾ ਨਹੀਂ ਰਹਿੰਦਾ, ਗੁਰੂ ਨਾਲ ਖੜਾ ਰਹੇ ਅਖੀਰ ਤੱਕ ਤਾਂ ਸ਼ਹੀਦ। ਮੇਘ ਲਜ ਮਹਾਵੀਰ ਸੂਰਮੇ ਗੱਜ ਰਹੇ ਨੇ, ਸੁਣ ਕੇ ਇੰਨੀ ਆਵਾਜ਼ ਹੈ ਕਿ ਜਿਹੜੀ ਮੇਘ ਦੀ ਬੱਦਲ ਦੀ ਘੋਰਨ ਦੀ ਆਵਾਜ਼ ਹੈ ਉਹ ਵੀ ਘੱਟ ਹੈ, ਇੰਨੀ ਜ਼ੋਰ ਨਾਲ ਉਹ ਨਿਰਭੈ ਹੋ ਕੇ ਬੋਲ ਰਹੇ ਨੇ। ਝੰਡਾ ਕੱਢ ਕਾਢੇ ਮੰਡੇ ਰੋਸ ਵਾਢੇ, ਐ ਜੰਗ ਕਰਦੇ ਨੇ ਵੀ ਝੰਡਾ ਇੱਕਦਮ ਗੱਡਦਾ ਹੀ ਦਾ ਹੁੰਦਾ ਨਾ, ਉਹ ਗੱਡਿਆ ਹੀ ਰਹਿੰਦਾ ਹਿਲਦਾ ਨੀ, ਜਿੱਥੇ ਪੈਰ ਗੱਡ ਕੇ ਖੜ ਗਏ ਉੱਥੇ ਗੱਡ ਕੇ ਹੀ ਖੜ ਗਏ, ਹਿਲਦੇ ਹੈ ਹੀ ਨੀ ਪਿੱਛੇ ਨੂੰ। ਝੰਡੇ ਕੱਢ ਕੇ ਜੰਗ ਕਰਦੇ ਸੀ, ਅੱਗੇ ਝੰਡੇ ਕੱਢ ਕੇ ਜੰਗ ਕਰਦੇ ਸੀ, ਮੁਦਕੀ ਦੀ ਜੰਗ ਚ ਵੀ ਲਿਖਿਆ ਝੰਡੇ ਕੋਲ ਚੜ੍ਹੇ ਅਕਾਲੀਏ ਨਵੇਂ ਸਾਰੇ ਝੰਡੇ ਦਿੱਤੇ ਨੇ ਆ ਕੇ ਕੱਢ ਵੀ, ਝੰਡਾ ਕੱਢ ਕੇ ਲੜ, ਝੰਡਾ ਕੱਢ ਕੇ ਜੋ ਲੜਦੇ ਨੇ ਵੀ ਇੱਥੇ ਜਿੰਨਾ ਝੰਡੇ ਨੂੰ ਸਾਡੇ ਨੂੰ ਡੇਗ ਦੇਵੇ ਕੋਈ ਆ ਕੇ ਜਿਹੜਾ ਅਸੀਂ ਹਾਰ ਮੰਨ ਲਾਂਗੇ। ਝੰਡੇ ਨੂੰ ਡੇਗ ਦੇਣਾ ਹਾਰ ਹੁੰਦੀ ਸੀ, ਝੰਡਾ ਡੇਗ ਦੇਣਾ ਹਾਰ ਹੁੰਦੀ ਸੀ, ਝੰਡਾ ਜਾਂ ਝੰਡੇ ਦੇ ਆਲੇ ਦੁਆਲੇ ਫੌਜ ਦਾ ਘੇਰਾ ਆ ਜਾਂਦਾ ਸੀ ਬਾਅਦ ਚ। ਝੰਡਾ ਕੱਢ ਕਾਢੇ ਮੰਡੇ ਰੋਸ ਵਾਢੇ, ਮੰਡੇ ਰੋਸ ਵਾਢੇ, ਇਸ ਕਿਸਮ ਦੇ ਸੂਰਮੇ ਨੇ। ਦੇਖੋ ਦੋਹਾਂ ਪਾਸਿਆਂ ਦੇ ਸੂਰਮੇ ਇੱਕੋ ਜਿਹੇ ਨੇ, ਖੂਨ ਕਣ ਖਾਂਦਾ ਨੇ ਕਹਿ, ਇਹਦੇ 52 ਪਦੇ ਨੇ ਇਸ ਅਧਿਆਇ ਦੇ, ਜੰਗ ਦੇ ਨੇ ਸਾਰੇ ਤਕਰੀਬਨ, ਇਹਦੇ ਆਖਰ ਜੋ 51 ਪਦੇ ਜਾ ਕੇ ਗੁਰੂ ਸਾਹਿਬ ਇਹ ਕਹਿੰਦੇ ਨੇ ਬਈ ਮੈਂ ਜੰਗ ਦਾ ਵਿਸਤਾਰ ਕਿੱਥੇ ਤੱਕ ਕਰਾਂ, ਇਹ ਵਿੱਚ ਮਚਾ ਘੋਰ ਸੰਗਰਾਮ ਸਿੱਧੇ ਸੂਰ ਸੂਰ ਕੇ ਤਬ, ਦੁਸ਼ਮਣਾਂ ਸੂਰਮੇ ਸੂਰਮਿਆਂ ਨਾਲ ਭਿੜੇ ਹੋਏ ਨੇ, ਘੋਰ ਸੰਗਰਾਮ ਮਚਿਆ ਹੋਇਆ, ਕਿੰਨਾ ਕੁ ਮੈਂ ਇਹਦਾ ਵਿਸਤਾਰ ਕਰਾਂ। ਫਿਰ ਕਹਾ ਲੱਗੇ ਪੈ ਕਦੋਂ ਲੜਾਈ, ਕਥੋਂ ਲੜਾਈ, ਕਿੱਥੇ ਤੱਕ ਮੈਂ ਇਹ ਲੜਾਈ ਦਾ ਕਥਨ ਕਰਾਂ, ਆਪਣ ਪ੍ਰਭਾ ਨਾ ਬਣਨੀ ਜਾਈ, ਦੋਹਾਂ ਪਾਸਿਆਂ ਤੇ ਮੇਰਾ ਖਾਨਦਾਨ ਹੈ, ਮੈਂ ਆਪਣਿਆਂ ਦੀ ਵਡਿਆਈ ਕੀ ਕਰਾਂ। ਇੱਥੋਂ ਸਾਬਤ ਹੁੰਦਾ ਕਿ ਕਿਹਦਾ ਕਿਹਨੇ ਲਿਖਿਆ, ਮੈਂ ਆਪਣੇ ਘਰਦਿਆਂ ਦੀ ਲੜਾਈ ਸੂਰਮੇ ਕਹਿ ਕਹਿ ਕੇ ਲੋਕ ਕਹਿਣਗੇ ਆਪਣੀ ਵਡਿਆਈ ਕਰੀ ਜਾਂਦੇ, ਹੈ ਗੱਲ ਸੱਚੀ ਪਰ ਮੈਨੂੰ ਕਸਦੇ ਨੂੰ ਲੰਬਾ ਕਸਦੇ ਨੂੰ ਸ਼ਰਮ ਆਉਂਦੀ ਕਿ ਮੈਂ ਲੰਬਾ ਨਾ ਕਸਲ ਕਰਾਂ। ਹੁਣ ਇਹ ਦੂਏ ਦਾ ਕਿਵੇਂ ਲਿਖਿਆ ਹੈ, ਸਾਬਤ ਕਰ ਦਿੱਤਾ ਇੱਥੇ ਆ ਕੇ ਆਖਿਰ ਦੇ ਵਿੱਚ ਵੀ ਲਿਖਾਰੀ ਉਹ ਹੈ ਜਿਹੜਾ ਲਵ ਕੁਛ ਦੀ ਔਲਾਦ ਕਹਿੰਦਾ ਆਪਣੇ ਆਪ ਨੂੰ, ਥਰਡ ਪਾਰਟੀ ਕੋਈ ਲਿਖਾਰੀ ਨਹੀਂ ਹੈ, ਥਰਡ ਪਰਸਨ ਇਹਦਾ ਲਿਖਾਰੀ ਹੈ ਹੀ ਨਹੀਂ ਕੋਈ। ਜਾਂ ਤਾਂ ਹੁਣ ਇਹ ਸਾਬਤ ਕਰਨ ਵੀ ਜਿਹੜੇ ਲਿਖਾਰੀ ਇਹ ਕਹਿੰਦੇ ਨੇ ਰਾਮ ਔਰ ਸ਼ਾਮ ਉਹਨਾਂ ਦੇ ਪੂਰਵਜਾਂ ਦੀ ਲੜਾਈ ਹੈ, ਜਾਂ ਤਾਂ ਇਹ ਸਾਬਤ ਕਰਨ, ਇੰਨਾ ਕੁਛ ਇਹਨਾਂ ਨੂੰ ਸਾਬਤ ਕਰਨਾ ਪੈਣਾ, ਬਕਵਾਸ ਤਾਂ ਕਰ ਬੈਠੇ ਇਹ, ਬਕਵਾਸ ਕਰ ਬੈਠੇ ਬੁੱਧੀਹੀਣ ਸੀ ਨਾ,
ਬੁੱਧੀਹੀਨ ਸੀ ਬਕਵਾਸ ਕਰ ਬੈਠੇ ਉਹਨਾਂ ਨੂੰ ਇਹ ਨਹੀਂ ਪਤਾ ਵਾਲ ਦੀ ਖੱਲ ਲਾਉਣੇ ਵਾਲੇ ਪਿੱਛੇ ਸਾਡੇ ਬੈਠੇ ਨੇ ਸਾਡੇ ਕੋਲ ਤਾਂ ਵਾਲ ਦੀ ਖੱਲ ਆਹੀ ਹੋਈ ਹੈ ਇਹ ਮੋਟੀ ਬੁੱਧੀ ਵਾਲੇ ਨੇ ਜੁੱਤੀਆਂ ਉਹ ਖਾ ਕੇ ਬੈਠਣਗੇ ਜਿਹੜੀਆਂ ਸੰਗਤ ਹੈ ਨਾ ਫਿਰ ਗੁਰੂ ਨਾਲ ਜੁੜੀ ਹੋਈ ਹੈ ਸੰਗਤ ਉਹ ਜੁੱਤੀਆਂ ਖਾਣਗੇ ਬਾਹਰ ਨਹੀਂ ਨਿਕਲ ਦੇਣਾ ਇਹਨੂੰ ਕਿਸੇ ਆਖਰੀ ਕਮੰਜਾ ਮੈਂ ਜਿਹੜਾ ਪੰਕਤੀ ਹੈ ਇਹ ਸਾਰਾ ਦੱਸਦਾ ਵੀ ਜਿਹੜਾ ਰਾਈਟਰ ਹੈ ਉਹਦੇ ਖਾਨਦਾਨੀ ਉਹ ਯੁੱਧ ਕਰ ਰਹੇ ਨੇ ਉਹ ਆਪ ਮੰਨਦੇ ਨੇ ਇਹ ਆਪ ਮੰਨਦੇ ਨੇ ਵੀ ਲਵ ਕੁਛ ਦੀ ਇਰਾਦ ਕਹਿੰਦੇ ਨੇ ਸਿੱਖਾਂ ਨੂੰ ਇਹ ਤਾਂ ਮਤਲਬ ਗੁਰੂ ਸਾਹਿਬ ਨੂੰ ਲਵ ਕੁਛ ਦੀ ਇਰਾਦ ਕਹਿੰਦੇ ਨੇ ਤਾਂ ਲਿਖਾਰੀ ਨੇ ਫਿਰ ਗੁਰੂ ਸਾਹਿਬ ਆਪ ਨੇ ਇਹਦੇ ਚੇਤਨ ਦੇ ਉਹ ਇੱਕ ਪਾਸੇ ਕਹਿੰਦੇ ਨੇ ਲਿਖਾਰੀ ਆਪ ਹੈ ਜਿਹੜਾ ਲਵ ਕੁਛ ਦੀ ਇਰਾਦ ਹੈ ਉਹ ਕਹਿੰਦੇ ਨੇ ਲਿਖਿਆ ਹੋਇਆ ਕਿਸੇ ਹੋਰ ਦਾ ਆਪਣੇ ਹੀ ਉਹਨਾਂ ਦੇ ਬਿਆਨ ਦੇ ਵਿੱਚ ਫਰਕ ਆ ਜਾਂਦਾ ਇਹਨੂੰ ਉਹ ਪ੍ਰੂਫ ਕਰਨ ਦੋਏ ਗੱਲਾਂ ਤੁਸੀਂ ਆਪਾਂ ਵਿਰੋਧੀ ਕਿਵੇਂ ਕਰਦੇ ਇੱਕ ਪਾਸੇ ਕਹਿੰਦੇ ਲਿਖਿਆ ਕਿਸੇ ਹੋਰ ਦਾ ਹੋਰ ਨੇ ਲਿਖ ਦਿੱਤਾ ਲਿਖਾਰੀ ਦਾ ਆਪ ਉਹੀ ਹੈ ਫਿਰ ਉਸੇ ਟਾਈਮ ਦਾ ਲਿਖਿਆ ਹੋਇਆ ਇਹ ਦੱਸਣ ਵੀ ਕੱਲ੍ਹ ਲਿਖਿਆ ਬਾਅਦ ਚ ਲਿਖਿਆ ਕਦੋਂ ਲਿਖਿਆ ਕਿਹਨੇ ਲਿਖਿਆ ਸਾਡੇ ਕੋਲ ਕਿਵੇਂ ਆਇਆ ਸਿੱਖਾਂ ਕੋਲ ਕਿਵੇਂ ਆਇਆ ਦਸ ਗ੍ਰੰਥ ਕਦੋਂ ਸੰਕਲਨ ਕੀਤਾ ਇਹ ਕਿਵੇਂ ਆ ਗਿਆ ਸਾਡੇ ਕੋਲ ਅਸੀਂ ਕਿਵੇਂ ਐਕਸੈਪਟ ਕਰ ਲਿਆ ਇਹਨੂੰ ਮਜ਼ਾਕ ਦੀ ਗੱਲ ਹੈ ਇਹ ਹਾਂਜੀ ਕਿਰਪਾਨ ਕਟਾਰੰ ਭਿਰੇ ਰੋਸ ਧਾਰੰ ਕਿਰਪਾਨਾਂ ਨੇ ਕੋਲ ਕਟਾਰਾਂ ਨੇ ਕੋਲ ਰੋਸ ਨਾਲ ਗੁੱਸੇ ਨਾਲ ਭਿੜ ਗਏ ਇੱਕ ਦੂਏ ਨਾ ਦੋਏ ਤਰ੍ਹਾਂ ਇੱਕੋ ਹੀ ਨੇ ਬਰਾਬਰ ਦੀਆਂ ਨੇ ਭੱਜਦਾ ਕੋਈ ਵੀ ਨਹੀਂ ਹੈ ਖਾਨਦਾਨ ਜੋ ਇੱਕ ਹੈ ਖੂਨ ਜੋ ਇੱਕ ਹੈ ਭੱਜਦਾ ਕੌਣ ਮਹਾਂਵੀਰ ਬੰਕੰ ਭਿਰੇ ਪੂ ਮਹੰਕੰ ਮਹਾਂਵੀਰ ਨੇ ਯੋਧੇ ਨੇ ਬੜੇ ਸੋਹਣੇ ਨੇ ਬਲੀ ਨੇ ਔਰ ਵਾਰ ਕਰਦੇ ਨੇ ਲਲਕਾਰ ਕੇ ਕਰਦੇ ਨੇ ਕੋਈ ਪਿੱਛੇ ਦੇ ਵਾਰ ਨਹੀਂ ਕਰਦਾ ਭੁੱਖੇ ਨਾ ਵਾਰ ਭਿਰੇ ਪੂ ਮਹੰਕੰ ਹਾਂ ਭੂਮੀ ਦੇ ਵਿੱਚ ਰਣ ਚ ਭਿੜਦੇ ਨੇ ਲਲਕਾਰ ਕੇ ਮੈਂ ਆ ਗਿਆ ਤਕੜਾ ਹੋ ਜਾ ਸੰਭਲ ਜਾ ਐ ਨੀ ਪਿੱਛੇ ਦੀ ਜਾ ਕੇ ਵਾਰ ਕਰਦੇ ਨੇ ਯਾਨੀ ਯੁੱਧ ਦੇ ਨਿਯਮ ਨੂੰ ਨਹੀਂ ਤੋੜ ਰਿਹਾ ਕੋਈ ਵੀ ਯੁੱਧ ਦੇ ਨਿਯਮ ਚ ਰਹਿ ਕੇ ਵਾਰ ਕਰਦੇ ਨੇ ਧੋਖੇ ਨਾਲ ਨਹੀਂ ਮਾਰ ਰਿਹਾ ਕੋਈ ਕਿਸੇ ਨੂੰ ਵੰਗਾਰ ਕੇ ਮਾਰ ਰਿਹਾ ਵੰਗਾਰ ਕੇ ਲੜ ਰਿਹਾ ਉਹਨੂੰ ਅਲਰਟ ਕਰਕੇ ਉੱਥੇ ਵਾਰ ਕਰ ਰਿਹਾ ਧੋਖੇ ਨਾਲ ਨੀ ਕੋਈ ਕਰ ਰਿਹਾ ਵਾਰ ਮਚੇ ਸੂਰ ਸ਼ਸਤਰੰ ਉਠੀ ਝਾਰ ਅਸਤਰੰ ਮਚੇ ਸੂਰ ਸ਼ਸਤਰੰ ਸੂਰਮਿਆਂ ਦੇ ਸ਼ਸਤਰ ਜਿਹੜੇ ਸੀ ਅੱਗ ਉਗੜ ਲੱਗੇ ਸੂਰਮਿਆਂ ਦੇ ਸ਼ਸਤਰਾਂ ਚੋਂ ਅੱਗ ਨਿਕਲਣ ਲੱਗ ਗਈ ਅੱਗ ਵਰਸਣ ਲੱਗ ਗਈ ਉਠੀ ਝਾਰ ਅਸਤਰੰ ਕਿਉਂਕਿ ਅਸਤਰ ਸੀ ਜਿਹੜੇ ਚੱਕਰ ਸੀ ਜਿਹੜੇ ਉਹ ਵੀ ਝਾੜ ਐ ਚੱਲਦੇ ਨੇ ਜਿਵੇਂ ਪੱਤੇ ਝੜਦੇ ਹੁੰਦੇ ਨੇ ਹਵਾ ਨਾਲ ਐ ਸੂਰਮੇ ਡਿੱਗਦੇ ਨੇ ਤੀਰ ਚੱਲਦੇ ਨੇ ਚੱਕਰ ਚੱਲਦੇ ਨੇ ਕਿਸੇ ਦਾ ਸਿਰ ਝਾੜ ਦਿੰਦੇ ਨੇ ਕਿਸੇ ਦੀ ਬਾਂਹ ਝਾੜ ਦਿੰਦੇ ਨੇ ਅਸਤਰਾਂ ਨੇ ਝਾੜ ਕੇ ਰੱਖਣ ਦਾ ਜਿਵੇਂ ਦਰਖਤ ਨੂੰ ਆਪਾਂ ਮਾਰਦੇ ਹਾਂ ਉੱਥੇ ਝੜਦਾ ਕੁਛ ਇਹ ਝਾੜ ਝਾੜ ਕੇ ਰੱਖ ਦਿੱਤੇ ਕਿਰਪਾਨ ਕਟਾਰੰ ਪਰੀ ਲੋਹ ਮਾਰੰ ਕਿਰਪਾਨਾਂ ਨੇ ਕਟਾਰਾਂ ਨੇ ਲੋਹ ਦੀ ਮਾਰ ਲੋਹੇ ਮਤਲਬ ਲੋਹੇ ਦੀ ਮਾਰ ਲੋਹੇ ਦੀ ਹਥਿਆਰਾਂ ਦੀ ਮਾਰ ਹਥਿਆਰਾਂ ਦੀ ਮਾਰ ਦੋਹਾਂ ਪਾਸਿਆਂ ਤੇ ਪੈਣ ਲੱਗ ਗਈ ਭੁਜੰਗ ਪ੍ਰਜਾਤ ਛੰਦ ਹਲੱਬੀ ਜੁਨੱਬੀ ਸਰੋਹੀ ਦੁਧਾਰੀ ਹਲੱਬੀ ਹੈ ਕਿਸੇ ਕੋਲ ਹਲੱਬ ਦੇਸ਼ ਦੀ ਤਲਵਾਰ ਬੜੇ ਸ਼ੌਕ ਨਾਲ ਤਲਵਾਰਾਂ ਲਿਆਉਂਦੇ ਸੀ ਵਧੀਆ ਤੇ ਵਧੀਆ ਕਿਸੇ ਦੇ ਜਨੂਬ ਦੇਸ਼ ਦੀ ਤਲਵਾਰ ਹੈ ਇੱਕ ਸਰੋਹੀ ਹੈ ਸਰੋਹੀ ਰਿਆਸਤ ਹੈ ਇੱਥੇ ਰਾਜਸਥਾਨ ਦੇ ਵਿੱਚ ਚੌਹਾਨਾਂ ਦੀ ਰਿਆਸਤ ਹੈ ਸਰੋਹੀ ਉੱਥੇ ਦੀ ਖਾਸ ਤਲਵਾਰ ਹੁੰਦੀ ਹੈ ਉਹ ਫਲਾਦ ਦੀ ਹੁੰਦੀ ਹੈ ਉਹ ਖੰਭ ਥੋੜ੍ਹਾ ਜਿਹਾ ਘੱਟ ਹੁੰਦਾ ਉਹ ਜੇ ਸਰੋਹੀ ਰੱਖਣੀ ਹੋਵੇ ਤਾਂ ਦੋ ਰੱਖਣੀਆਂ ਪੈਂਦੀਆਂ ਨੇ ਉਹਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਟੁੱਟ ਜਾਏ ਇਹ ਠੀਕ ਹੈ ਵੀ ਖੜਦੀ ਨਹੀਂ ਕਹਿੰਦੇ ਸਰੋਹੀ ਨਹੀਂ ਰੁਕਦੀ ਹੱਡੀ ਨਹੀਂ ਦੱਸਦੀ ਪਤਾ ਵੀ ਮਾਸ ਕਿੱਥੇ ਸੀ ਹੱਡੀ ਕਿੱਥੇ ਸੀ ਸਰੋਹੀ ਐਸੀ ਤਲਵਾਰ ਸੀ ਉਹਦੇ ਬਾਅਦ ਤੇ ਨਹੀਂ ਸੀ ਪਤਾ ਲੱਗਦਾ ਵੀ ਹੱਡੀ ਕਦੇ ਨਿਕਲ ਗਈ ਉਹ ਜਿਵੇਂ ਬਾਅਦ 'ਚ ਨਿਕਲ ਗਈ ਉਹ ਹੱਡੀ 'ਚ ਨਿਕਲ ਗਈ ਉਸ ਵੇਲੇ ਦੀ ਇਹ ਕਹਾਵਤ ਸੀ ਪਰ ਕਿਉਂਕਿ ਫਲਾਸ ਸੀ ਬੜੇ ਕਾਰੀਗਰ ਦੇ ਪਾਉਣ ਵਾਲੀ ਸੀ ਉਹਦੇ ਸਾਈਡ 'ਤੇ ਕੋਈ ਚੀਜ਼ ਲੱਗ ਜਾਏ ਟੁੱਟ ਜਾਂਦੀ ਹੈ ਸਿੱਧੀ ਤਾਂ ਨਹੀਂ ਟੁੱਟਦੀ ਜੇ ਸਾਈਡ 'ਤੇ ਕੋਈ ਚੀਜ਼ ਲੱਗ ਜਾਏ ਜਾਂ ਆਪੇ ਹੱਥ ਘੁੰਮ ਜਾਏ ਕਿਸੇ ਵਜ੍ਹਾ ਨਾਲ
ਟੇਢੀ ਲੱਗ ਜਾ ਟੁੱਟ ਜਾਂਦੀ ਸੀ ਤਾਂ ਦੋ ਪਹਿਲੀਆਂ ਪੈਂਦੀਆਂ ਸੀ। ਜਿਹੜਾ ਸਰੋਹੀ ਰੱਖੂਗਾ ਪਹਿਨੂਗਾ ਦੋ ਹੀ ਕਹਿੰਦੇ ਦੁਤਾਰੀ ਸਰੋਹੀ ਦੁਤਾਰੀ ਦੁਤਾਰੀ ਹੋਰ ਚੀਜ਼ ਹੈ ਦੁਤਾਰਾ ਖੰਡਾ ਹੁੰਦਾ ਇੱਕ ਉਹਨੂੰ ਨਾਲ ਸਕੇਲੇ ਦੀ ਰੱਖਣੀ ਪੈਂਦੀ ਜੇ ਉਹ ਟੁੱਟ ਜਾਏ ਤਾਂ ਦੋ ਹੀ ਤਾਂ ਖੜ ਲੂ ਨਹੀਂ ਤਾਂ ਬਹੀ ਕੋਪ ਕਾਤੀ ਕਿਰਪਾਨ ਕਟਾਰੀ ਕਿਰਪਾਨਾ ਕਟਾਰੀਆਂ ਕਾਤੀਆਂ ਗੁੱਸੇ ਨਾਲ ਚੱਲਣ ਲੱਗੀਆਂ ਕਹੂੰ ਸੈਂਥੀਆਂ ਕਹੂੰ ਸੁੱਧ ਸੇਲਨ ਕਿਸੇ ਪਾਸੇ ਕਿਸੇ ਕੋਲ ਸਹਿਤੀ ਹੈ ਕਿਸੇ ਕੋਲ ਵਰਸ਼ਾ ਹੀ ਹੈ ਬੜਾ ਚਮਕਦਾਰ ਕਹੂੰ ਸੁੱਧ ਸੇਲਨ ਸੁੱਧ ਸੇਲਮ ਹੁੰਦਾ ਸਿੱਧਾ ਵਰਸ਼ਾ ਇੱਕ ਹੁੰਦਾ ਸੇਲ ਹੋਰ ਹੁੰਦਾ ਗਾਹ ਆਊਗਾ ਉਹ ਨਾਲ ਹੀ ਅਗਲੀ ਪੰਕਤੀ ਚ ਕਹੂੰ ਸੇਲ ਸਾਗੰ ਜਿਹੜਾ ਸੇਲ ਸਾਗੰ ਹੈ ਉਹ ਬਲਦਾਰ ਵਰਸ਼ਾ ਹੁੰਦਾ ਦੋ ਕਿਸਮ ਦੇ ਹੁੰਦੇ ਨੇ ਜਿਹੜਾ ਹਾਥੀ ਨੇ ਮਾਰੀ ਸੀ ਨਾ ਨਾਗੜੀ ਉਹ ਬਲਦਾਰ ਸੀ ਸਿੱਧਾ ਨੀ ਹੁੰਦਾ ਸਿੱਧਾ ਮੁੱਝ ਜਾਂਦਾ ਹੁੰਦਾ ਜਾਂ ਬਲ ਪਾ ਕੇ ਬਣਾਇਆ ਜਾਂਦਾ ਨਾ ਉਹ ਮੁੱਝਦਾ ਨੀ ਹੈ ਫਿਰ ਉਹ ਵਿਚਾਰਾ ਮੋਟਾ ਹੁੰਦਾ ਉਹਦਾ ਨੋਕ ਥੋੜੀ ਹੁੰਦੀ ਉਹਦੀ ਵਰਸ਼ਾ ਇਹ ਜਿਹੜਾ ਹੁੰਦਾ ਸਿੱਧਾ ਇਹ ਮੁੱਝ ਜਾਂਦਾ ਕਈ ਵਾਰ ਸਖ਼ਤ ਹੁੰਦੇ ਲੱਗੇ ਮੁੱਝ ਜਾਂਦਾ ਹੁਣ ਹਾਥੀ ਦੇ ਹੋਏ ਜਾਂ ਨਹੀਂ ਸੀ ਮਾਰਿਆ ਜਾ ਸਕਦਾ ਵਰਸ਼ਾ ਸਿੱਧਾ ਉਹ ਵਰਸ਼ਾ ਜਿਹੜਾ ਹੁੰਦਾ ਸਿੱਧਾ ਹੁੰਦਾ ਇੱਕਦਮ ਜੇ ਸੰਜੋਗ ਤੇ ਲੱਗ ਜਾਵੇ ਮੁੱਝ ਜਾਂਦਾ ਸੇਲ ਹੁੰਦਾ ਵਲਦਾਰ ਵਰਸ਼ਾ ਜਿਵੇਂ ਸੱਪ ਦਾ ਵਲ ਹੁੰਦਾ ਨਾ ਉਹ ਸਾਂਗ ਹੁੰਦੀ ਹੈ ਸਾਂਗ ਕਹਿੰਦੇ ਨੂੰ ਸੇਲ ਸਾਂਗਮ ਜਿਹੜੀ ਸਾਂਗ ਹੈ ਨਾ ਸਾਂਗ ਰਾਜਸਥਾਨ ਵਾਲੇ ਕਹਿੰਦੇ ਸੀ ਉਸੇ ਨੂੰ ਅਸੀਂ ਕਹਿੰਦੇ ਹਾਂ ਨਾਗਣੀ ਨਾਗਣੀ ਵਰਸ਼ਾ ਉਹ ਨਾਗ ਵਰਗਾ ਹੁੰਦਾ ਨਾ ਵਲ ਪੈਂਦਾ ਖਾਲਸਾ ਨੇ ਨਾ ਉਹਨੂੰ ਨਾਗਣੀ ਦਿੱਤਾ ਹੋਇਆ ਜਿਹਦੇ ਮਾਰ ਗਈ ਡਾਂਗੀ ਨਾਗਣੀ ਖਾਲਸਾ ਦਾ ਨਾ ਉਹ ਨਾਗਣੀ ਹੈ ਰੱਖਿਆ ਹੋਇਆ ਇਹਦਾ ਨਾ ਪੁਰਾਣਾ ਇਹਦਾ ਨਾ ਸੇਲ ਇਹਦਾ ਰਾਜਸਥਾਨ ਦੇ ਯੋਧੇ ਰੱਖਦੇ ਸੀ ਸਾਂਗ ਇਹ ਭਈ ਰੇਲ ਪੇਲੰਗ ਭਈ ਰੇਲ ਪੇਲੰਗ ਧੱਕਾ ਮੁੱਕੀ ਹੋ ਗਿਆ ਕੋਈ ਦੂਸਰਾ ਦੂਏ ਨੂੰ ਧੱਕੇ ਲੈ ਜਾਂਦਾ ਦੂਆ ਦੂਏ ਨੂੰ ਧੱਕੇ ਲੈ ਜਾਂਦਾ ਕਦੇ ਕਿਸੇ ਦਾ ਜ਼ੋਰ ਪੈ ਜਾਂਦਾ ਕਦੇ ਕਿਸੇ ਦਾ ਜ਼ੋਰ ਪੈ ਜਾਂਦਾ ਹਾਂਜੀ ਨਰਾਜ ਛੰਦ ਸਰੋਗ ਸੂਰ ਸਾਜਿਅੰ ਗੁੱਸਾ ਚੜਿਆ ਹੋਇਆ ਸਰੋਗ ਸੂਰ ਸਾਜਿਅੰ ਗੁੱਸੇ ਵਾਲਾ ਮੂਡ ਬਣਾਇਆ ਹੋਇਆ ਸਾਰਿਆਂ ਦਾ ਗੁੱਸੇ ਵਾਲਾ ਮਤਲਬ ਹੈ ਮਾਹੌਲ ਪੈਦਾ ਹੋਇਆ ਹੈ ਸਾਰਿਆਂ ਚ ਗੁੱਸਾ ਕਰੋ ਚੜਿਆ ਹੋਇਆ ਸਭ ਨੂੰ ਵਿਸਾਰ ਸੰਕ ਬਾਜੀਅੰ ਔਰ ਸਾਰੀ ਇਹ ਭੁੱਲ ਕੇ ਮੌਤ ਕੀ ਹੁੰਦੀ ਹੈ ਮੌਤ ਤੋਂ ਨਿਰਭੈ ਹੋ ਕੇ ਲੜ ਰਹੇ ਨੇ ਮੌਤ ਵਾਲਾ ਕੋਈ ਨੀ ਪਤਾ ਕਿਸੇ ਨੂੰ ਕੀ ਹੁੰਦਾ ਮੌਤ ਦਾ ਖਿਆਲ ਛੱਡ ਕੇ ਲੜੇ ਨੀ ਹੁੰਦਾ ਮੌਤ ਦਾ ਖਿਆਲ ਛੱਡੇ ਮੈਨੂੰ ਮੌਤ ਦਾ ਖਿਆਲ ਛੱਡ ਕੇ ਜੰਗ ਨੂੰ ਜਾ ਹੁੰਦਾ ਜੇ ਮੌਤ ਦਾ ਖਿਆਲ ਹੈ ਜੰਗ ਨੂੰ ਜਾ ਨਹੀਂ ਹੁੰਦਾ ਔਰ ਜਾਣਾ ਵੀ ਨਹੀਂ ਚਾਹੀਦਾ ਜਿਹਦੇ ਮੌਤ ਦਾ ਦੋ ਚਿੱਤੀ ਹੋਵੇ ਜੰਗ ਚ ਨਾ ਜਾਵੇ ਮਾਰ ਖਾ ਕੇ ਆਊਗਾ ਉਹ ਯਾਰ ਜੰਗ ਜਾਈਦਾ ਨੀ ਆ ਫਿਰ ਜਾਈਦਾ ਬਸ ਮਾਰਨ ਜਾਈਦਾ ਮਾਰਨ ਜਾਈਦਾ ਮਰਨ ਨਹੀਂ ਜਾਈਦਾ ਜਿਹੜਾ ਮਰ ਜਾਂਦਾ ਮਰੂ ਏ ਦਸਮ ਪਾਤਸ਼ਾਹ ਕਹਿੰਦੇ ਨਿਸ਼ਚੇ ਕਰੇ ਆਪਣੀ ਜੀਤ ਕਰੂ ਜਿੱਤ ਦਾ ਨਿਸ਼ਚਾ ਧਾਰ ਕੇ ਜਾਓ ਮਾਰ ਕੇ ਆਊਗਾ ਮਰ ਕੇ ਕਦੇ ਆਊਗਾ ਪਹਿਲਾਂ ਤੋਂ ਜਿੱਤੀ ਜਾ ਉਹ ਤਾਂ ਪਹਿਲਾਂ ਹੀ ਉਹ ਢੈਦੀ ਅਕਲਾਂ ਵਾਲੀ ਗੱਲ ਕਰਦਾ ਨਿਸ਼ਚੇ ਕਰ ਆਪਣੀ ਜੀਤ ਕਰੂ ਹਾਂਜੀ ਨਿਸੰਕ ਸ਼ਸਤਰ ਮਾਰੀ ਇਹ ਜਿਹੜਾ ਹੈ ਚੈਪਟਰ ਲੰਬਾ ਕਿਉਂ ਕੀਤਾ ਅਸਲ ਦੇ ਵਿੱਚ ਜੰਗ ਦਾ ਭੈ ਖਤਮ ਕਰ ਰਹੇ ਨੇ ਖਾਲਸੇ ਦਾ ਐਵੇਂ ਨੀ ਦੇ ਰਹੇ ਜਿੱਥੇ ਜੰਗ ਦੀ ਗੱਲ ਹੁੰਦੀ ਹੈ ਤਾਂ ਦੋ ਤਿੰਨ ਪੇਜ ਉਹੀ ਦੇ ਜਾਂਦੇ ਨੇ ਕਿਤੇ ਵੀ ਜੰਗ ਦੀ ਗੱਲ ਆਈ ਹੈ ਸਾਰੇ ਦਸੂ ਗ੍ਰੰਥ ਚ ਉਹ ਬਹਾਨਾ ਪਾਲ ਕੇ ਦੋ ਤਿੰਨ ਪੇਜ ਲਿਖਵਾ ਰਹੇ ਉਹਦਾ ਕਾਰਨ ਕੀ ਹੈ ਕਾਰਨ ਦਾ ਖਾਲਸੇ ਨੂੰ ਨਿਰਭੈ ਕਰਨ ਦਾ ਵਿੱਚ ਹਥਿਆਰ ਕਿਵੇਂ ਚਲਾਉਣੇ ਨੇ ਕੀ ਕਰਨਾ ਤਾਂ ਕਿ ਪੜਦਾ ਰਹੇ ਉਹਨਾਂ ਨੂੰ ਉਹ ਉਹੋ ਜਿਹਾ ਮਾਹੌਲ ਜੇ ਹੋ ਜੇ ਉਹਨਾਂ ਵਾਸਤੇ ਜੰਗ ਕਰਨੀ ਚਾਹ ਹੁੰਦਾ ਸੀ ਜੰਗ ਦਾ ਚਾਹ ਰਹਿੰਦਾ ਸੀ ਜੰਗ ਦਾ ਚਾਹ ਪੈਦਾ ਕਰਨ ਖਾਤਰ ਸਭ ਕੁਛ ਕੀਤਾ ਹੈ ਜਿਵੇਂ ਭਰਵਾਨਾਂ ਨੂੰ ਚਾਹ ਹੁੰਦਾ ਕੋਲ ਹੁੰਦਾ ਉਹ ਚਾਹੁੰਦੇ ਰਹਿੰਦੇ ਨੇ ਕੋਈ ਅਖਾੜਾ ਹੋਵੇ ਖਿਡਾਰੀਆਂ ਨੂੰ ਖੇਡਣ ਦਾ ਚਾਹ ਰਹਿੰਦਾ ਯੋਧੇ ਨੂੰ ਜੰਗ ਦਾ ਚਾਹ ਰਹਿੰਦਾ ਯੋਧਾ ਕਹਿੰਦਾ ਜੇ ਜੰਗ ਦਾ ਚਾਹ ਨਹੀਂ ਹੈ
ਨਿਸ਼ੰਕ ਸ਼ਸਤਰ ਮਾਰ ਹੀ ਸ਼ੰਕਾ ਵਿਹੀਨ ਹੋ ਕੇ ਸ਼ਸਤਰ ਮਾਰਦੇ ਨੇ। ਇਹ ਨਹੀਂ ਕਹਿੰਦਾ ਮੇਰਾ ਲੱਗੂ ਕਿ ਨਹੀਂ ਲੱਗੂ, ਐ ਕਹਿੰਦੇ ਨੇ ਵੀ ਇਹ ਵਜੂ ਕਿਵੇਂ ਹੁਣ ਮੈਥੋਂ, ਪੂਰੇ ਕਨਫੀਡੈਂਸ ਨਾਲ ਵਾਰ ਕਰਦੇ ਨੇ। ਉਤਾਰ ਅੰਗ ਡਾਰ ਹੀ ਬਸ ਵੱਢ ਕੇ ਅੰਗ ਉਹ ਮਾਰਦੇ ਨੇ ਜਿਹਤੇ ਲੱਗਿਆ, ਜਿਹਦੇ ਸਿਰ ਤੇ ਵਾਰ ਕਰਤਾ ਸਿਰ ਹੈ ਨੀ, ਜਿਹਦੇ ਬਾਂਹ ਤੇ ਵਾਰ ਕਰਤਾ ਬਾਂਹ ਹੈ ਨੀ, ਜਿਹਦੇ ਲੱਤ ਤੇ ਵਾਰ ਕਰਤਾ ਲੱਤ ਹੈ ਨੀ। ਸ਼ੰਕਾ ਨੀ ਹੈ ਵੀ ਮੇਰਾ ਵਾਰ ਖਾਲੀ ਜਾਊਗਾ, ਨਿਸ਼ੰਕ ਹੋ ਕੇ ਮਾਰਦੇ ਨੇ। ਕਛੂ ਨਾ ਕਾਨ ਰੱਖ ਹੀ ਦੂਏ ਦਾ ਕਿੱਡੀ ਉਹ ਗੱਲ ਹੋਵੇ ਪਰਵਾਹ ਨੀ ਕਰਦੇ, ਜੇ ਦੂਆ ਮੂਹਰੇ ਭਵਕਦਾ ਹੋਵੇ ਪਰਵਾਹ ਨੀ, ਆ ਜਾ ਤੂੰ ਵੀ, ਜਦ ਭਵਕਦਾ ਹੁੰਦਾ ਕਹਿੰਦਾ ਆ ਤਾਂ ਸਹੀ ਗਾਹ ਤੈਨੂੰ ਦੱਸ ਦੋ। ਸਮਾਰ ਭੈ ਨੀ ਮੰਨ ਰਹੇ ਇੱਕ ਦੂਏ ਦੀ, ਭੈ ਵੀ ਨੀ ਮੰਨ ਰਹੇ ਲਲਕਾਰ ਦੇ ਵੀ ਨਾ, ਦੂਏ ਦੀ ਭੈ ਕੋਈ ਵੀ ਨੀ ਮੰਨ ਰਿਹਾ, ਜੇ ਉਹਨੂੰ ਲਲਕਾਰਦਾ ਉਹਨੂੰ ਲਲਕਾਰਦਾ, ਦੋਹਾਂ ਤਰਫ ਇੱਕੋ ਜਿਹੇ ਨੇ, ਭੈ ਚ ਕੋਈ ਨੀ ਆ ਰਿਹਾ ਕਿਸੇ ਦੀ। ਸੁਮਾਰ ਮਾਰ ਭਾਖ ਹੀ ਮਾਰ ਮਾਰੇ ਕਹਿੰਦੇ ਨੇ, ਦੋਹਾਂ ਪਾਸੇ ਦੇ ਮਾਰੋ ਮਾਰ ਦੀ ਆਵਾਜ਼ ਆਉਂਦੀ ਹੈ। ਸੁਹਾਕ ਹੇ ਹਾਠ ਰੇਲਿਅੰਗ, ਹਾਂ ਹਾਕ ਹਾਠ ਰੇਲਿਅੰਗ ਮਤਲਬ ਦੁਸ਼ਮਣ ਨੂੰ ਲਲਕਾਰ ਕੇ ਤੱਕਦੇ ਨੇ ਵੀ ਤਕੜਾ ਹੋ ਜਾ ਮੈਂ ਆ ਗਿਆ, ਹੱਲਾ ਦੇ ਕੇ ਪੈਂਦੇ। ਅਨੰਤ ਸ਼ਸਤਰ ਝੇਲਿਅੰਗ, ਔਰ ਅਨੰਤ ਸ਼ਸਤਰ ਚਾਹੇ ਆਉਂਦੇ ਨੇ ਮੂਹਰੇ ਤੇ, ਚਾਹੇ ਮੂਹਰੇ ਤੇ ਤੀਰ ਆਉਂਦੇ ਨੇ, ਕੁਛ ਵੀ ਆਉਂਦੇ ਨੇ, ਕਹਿ ਤਾਂ ਮੈਂ ਆ ਗਿਆ ਤਾਂ ਜਾਊ ਉਹ, ਫਿਰ ਐ ਨੀ ਹੈ ਵੀ ਮੂਹਰੇ ਤੇ ਸ਼ਸਤਰ ਆ ਕੇ ਪਿੱਛੇ ਹਟ ਜੂ ਰੁਕ ਜੂਗਾ, ਜੋ ਮਰਜ਼ੀ ਮੂਹਰੇ ਤੇ ਆਵੇ, ਗੋਲੀਆਂ ਚੱਲਦੀਆਂ ਹੋਣ ਕੁਛ ਵੀ ਹੋਵੇ, ਫਿਰ ਜਾਊਗਾ ਹੀ ਜਾਊਗਾ ਉੱਥੇ ਨਿਸ਼ਾਨੇ ਤੇ, ਵੱਜੂਗਾ ਹੀ ਵੱਜੂਗਾ ਜਾ ਕੇ। ਸ਼ਸਤਰ ਝੇਲਦਾ ਹੋਇਆ ਵੀ ਹਜ਼ਾਰ ਹੂਰ ਅੰਬਰੰਗ, ਹਜ਼ਾਰਾਂ ਹੂਰਾਂ ਅੰਬਰ ਦੇ ਵਿੱਚ, ਹਜ਼ਾਰਾਂ ਮੌਤਾਂ ਅੰਬਰ ਦੇ ਵਿੱਚ, ਹੂਰ ਮੌਤ ਨੂੰ ਕਹਿੰਦੇ ਨੇ ਇੱਥੇ, ਉਹਨਾਂ ਵਾਸਤੇ ਮੌਤ ਹੂਰ ਹੁੰਦੀ ਹੈ, ਯੋਧਿਆਂ ਵਾਸਤੇ ਮੌਤ ਏ ਹੂਰ ਹੁੰਦੀ ਹੈ, ਮੌਤ ਲਾੜੀ ਤਾਂ ਹੀ ਕਹਿੰਦੇ ਨੇ ਆਪਣੇ, ਮੌਤ ਲਾੜੀ ਵਿਆਹ ਚੱਲਿਆ ਸਮਝਿਆ ਨੀ, ਉਹਨਾਂ ਵਾਸਤੇ ਮੌਤ ਏ ਹੂਰ ਹੁੰਦੀ ਹੈ ਉਦੋਂ। ਬਿਰਧ ਕਹਿ ਸਵੰਬਰੰਗ, ਬਸ ਕਈਆਂ ਦੇਖ ਦੇਖ ਕੇ ਆਪਣੇ ਪਛਾਣ ਪਛਾਣ ਕੇ ਵਿਆਹਦੀਆਂ ਨੇ, ਫਿਰ ਉਹ ਜਿਹੜਾ ਮਰ ਜਾਂਦਾ ਲੈ ਜਾਂਦੀਆਂ ਨੇ। ਕਰੂਰ ਭਾਤ ਹੁੰਦਾ ਵਿਆਹ ਲੈਣਾ ਕਰ ਲੈਣਾ, ਸਵੰਬਰ ਦਾ ਮਤਲਬ ਇਹ ਹੈ। ਕਰੂਰ ਭਾਤ ਡੋਲ ਹੀ, ਕਰੂਰ ਭਾਂਤ ਡੋਲ ਹੀ, ਬੜੇ ਡਰਾਉਣੇ ਚਿਹਰਿਆਂ ਦੇ ਨਾਲ ਜਿਹੜੇ ਨੇ ਗੁੱਸੇ ਦੇ ਵਿੱਚ ਫਿਰਦੇ ਨੇ ਜਵਾਨ। ਸੁਮਾਰ ਮਾਰ ਬੋਲ ਹੀ, ਔਰ ਮਾਰ ਮਾਰ ਬੋਲਦੇ ਨੇ, ਬੜੇ ਗੁੱਸੇ ਵਾਲੇ ਚਿਹਰੇ ਦੇ ਵਿੱਚ ਨੇ ਇੱਕ ਦੂਏ ਦੇ, ਦੁਸ਼ਮਣ ਦੇ ਖਿਲਾਫ ਬੜੇ ਕ੍ਰੋਧਵਾਨ ਹੋ ਕੇ ਮਾਰ ਮਾਰ ਬੋਲਦੇ ਨੇ। ਕਹੂੰ ਕੀ ਅੰਗ ਕੱਟੇ ਅੰਗ, ਕਿਸੇ ਦਾ ਅੰਗ ਵੱਢਿਆ ਹੋਇਆ, ਕਹੂੰ ਸਰੋਹ ਪੱਟੀਆਂ, ਕੋਈ ਪਰਵਾਹ ਨੀ, ਅੰਗ ਵੱਢਿਆ ਹੋਇਆ ਤਾਂ ਵੀ ਉਹ ਵੀ ਫਿਰਦਾ ਤੁਰਿਆ, ਉਹਨੂੰ ਨੀ ਪਤਾ ਵੀ ਮੇਰਾ ਅੰਗ ਵੱਢਿਆ ਹੋਇਆ, ਗੁੱਸਾ ਫਿਰ ਓਨਾ ਹੀ ਹੈ, ਮਾਰੋ ਮਾਰੋ ਫਿਰ ਵੀ ਕਰਦਾ। ਕਹੂੰ ਸਰੋਹ ਪੱਟੀਆਂ, ਕਿਤੇ ਖੋਪੜੀਆਂ ਪਈਆਂ ਨੇ, ਸਣੇ ਕੇਸ, ਸਣੇ ਕੇਸ ਖੋਪੜੀਆਂ ਲੱਗੀਆਂ ਪਈਆਂ ਨੇ। ਕਹੂੰ ਸਰੋਹ ਪੱਟੀਆਂ, ਕਹੂੰ ਸਮਾਸ ਮੁੱਛੀਆਂ, ਕਿਤੇ ਮਾਸਾਂ ਦੇ ਟੁਕੜੇ ਪਏ ਨੇ, ਗਿਰੇ ਸੋ ਤੱਛ ਮੁੱਛੀਆਂ, ਤੱਛ ਮੁੱਛ ਕੇ ਗਿਰੇ ਹੋਏ, ਮਾਸਾਂ ਦੇ ਟੁਕੜੇ ਪਏ ਨੇ, ਕਿਤੇ ਸਰੀਰ ਵੱਡੇ ਹੋਏ ਟੁੱਕੇ ਹੋਏ। ਧਮਕ ਢੋਲ ਢਾਲੀਆਂ, ਢਾਲਾਂ ਦੇ ਉੱਤੇ ਜਦੋਂ ਕੋਈ ਵੱਜਦਾ ਐ ਆਵਾਜ਼ ਆਉਂਦੀ ਹੈ ਜਿਵੇਂ ਫੁੱਟੇ ਢੋਲ ਤੇ ਡੰਗਾ ਵੱਜਦਾ ਹੁੰਦਾ, ਧਮਕ ਢੋਲ ਕਹਿੰਦੇ ਨੇ, ਫੁੱਟਿਆ ਹੋਇਆ ਢੋਲ, ਜਿਹੜਾ ਵਧੀਆ ਢੋਲ ਨਾ ਹੋਵੇ, ਗਿੱਲਾ ਜਿਹਾ ਹੋਵੇ, ਪਾਟਿਆ ਹੋਇਆ ਹੋਵੇ, ਜਿਵੇਂ ਪਾਟੇ ਢੋਲ ਤੇ ਡੰਗਾ ਵੱਜਦਾ ਨਾ, ਢਾਲਦੇ ਹੋਏ ਇਹੋ ਜਿਹੀ ਆਵਾਜ਼ ਆਉਣੀ ਹੈ, ਧਮਕ ਢੋਲ ਕਹਿੰਦੇ ਨੇ ਜਿਹੜਾ ਫੁੱਟਿਆ ਹੋਇਆ ਹੋਵੇ। ਹਰੋਲ ਹਾਲ ਚਾਲੀਅੰਗ, ਹਰੋਲ ਹਾਲ ਚਾਲੀਅੰਗ, ਬਸ ਹਾਲ ਚਾਲ ਪਈ ਹੋਈ ਹੈ, ਹੱਲਾ ਗੁੱਲਾ ਪਿਆ ਹੋਇਆ, ਸਾਰੇ ਹੱਲਾ ਗੁੱਲਾ ਪਿਆ, ਕੋਈ ਕੰਨ ਪਾਈ ਨੀ ਸੁਣਦੀ, ਸਾਰੇ ਹੀ ਚਟਾਕ ਝੱਟ ਬਾਹੀਆਂ, ਚੜਾ ਚੱਟ ਵਾਰ ਕਰ ਰਹੇ ਨੇ, ਬੜੀ ਫੁਰਤੀ ਨਾਲ ਵਾਰ ਕਰ ਰਹੇ ਨੇ ਇੱਕ ਦੂਏ ਤੇ। ਸਬੀਰ ਸੈਨ ਗਾਹੀਆਂ, ਯੋਧੇ ਸੈਨਾ ਨੂੰ ਗਾਉਂਦੇ ਫਿਰਦੇ ਨੇ, ਆਮ ਸੈਨਾ ਨੀ ਲੜਦੀ ਹੁੰਦੀ, ਆਮ ਸੈਨਾ ਤਾਂ ਪਰੇ ਹੋ ਜਾਂਦੀ ਹੈ, ਯੋਧੇ ਹੀ ਲੜਦੇ ਹੁੰਦੇ ਨੇ, ਜਿਹੜੇ ਨਾਲ ਦੇ ਹੁੰਦੇ ਨੇ ਉਹ ਤਾਂ ਜਦ ਆਉਂਦਾ ਦੀਂਦਾ ਨਾ, ਉਹ ਜਾਂਦਾ ਆਪਣੇ ਟਾਰਗੇਟ ਤੇ ਨੂੰ, ਉਹ ਦੂਏ ਪਰੇ ਹੋ ਜਾਂਦੇ ਨੇ ਡਰਦੇ, ਰਾਹ ਦੇ ਦਿੰਦੇ ਨੇ, ਸੈਨ ਗਾਹੀਆਂ ਤਾਂ ਹੈ। ਨਵੰਗ ਨਿਸ਼ਾਨ ਬਾਜੀਆਂ, ਨਵੇਂ ਤੋਂ ਨਵਾਂ ਮਤਲਬ ਹੈ ਨਿਸ਼ਾਨ, ਜਿਹੜੇ ਨਗਾਰੇ ਨੇ ਉਹ ਆਪਣੀ ਲਾਈਨ ਬਦਲ ਰਹੇ ਨੇ, ਕਦੇ ਤਾਂ ਜੰਗ ਦੀ ਲਾਈਨ ਕਰਦੇ ਨੇ, ਕਦੇ ਪਿੱਛੇ ਹਟਣ ਦੀ, ਨਿਸ਼ਾਨ ਨਗਾਰਿਆਂ ਦੇ ਨਾਲ ਲੜਾਈ ਹੁੰਦੀ ਹੁੰਦੀ ਹੈ,
ਜਿਵੇਂ ਸਰਕਸ ਵਾਲੇ ਉਹ ਜਿਹੜਾ ਉਹਨਾਂ ਦਾ ਬੈਂਡ ਹੁੰਦਾ ਉਹਦੇ ਨਾਲ ਦੱਸਦੇ ਨੇ ਨਾ, ਇਵੇਂ ਨਗਾਰੇ ਵਾਲੇ ਲੜਨ ਦੇ ਤਰਕੀਬ ਦੱਸਦੇ ਨੇ, ਕਦੋਂ ਸਾਰਿਆਂ ਨੇ ਪਿੱਛੇ ਹਟਣਾ, ਕਦੋਂ ਜਾ ਕੇ ਹਮਲਾ ਕਰਨਾ, ਉਹ ਨਗਾਰੇ ਤੇ ਹੀ ਉਹਨਾਂ ਦੇ ਹੀ ਦੱਸੀ ਜਾਂਦੇ ਨੇ। ਉਹ ਲੜਾਉਣ ਵਾਸਤੇ ਤਾਂ ਇਵੇਂ ਨਹੀਂ ਹੁੰਦੇ ਨਗਾਰੇ ਢੋਲ ਵੱਜਦੇ, ਉਹਨਾਂ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਹੁਣ ਆਹ ਸੱਜ ਵੱਜਿਆ, ਹੁਣ ਆਪਾਂ ਨੇ ਇਹ ਕਰਨਾ, ਟ੍ਰੇਨਿੰਗ ਹੁੰਦੀ ਹੈ ਸਭ। ਹੁਣ ਸਰਕਸ ਵਾਲਿਆਂ ਦਾ ਬੈਂਡ ਵੱਜਦਾ ਉਹ ਤਾਂ ਉਹਨੂੰ ਪਤਾ ਨਹੀਂ ਰਸੇ ਤੇ ਝੂਟਦਾ ਵੀ ਮੈਂ ਕੀ ਕਰਨਾ, ਉਹਦੇ ਵਾਸਤੇ ਆ ਉਹਦੇ ਬਿਨਾਂ ਨਹੀਂ ਉਹ ਕਰ ਸਕਦਾ। ਅਸਲ ਜੋ ਬੈਂਡ ਵਾਲੇ ਕਰਾ ਰਹੇ ਨੇ ਉਹ ਤੇ ਜੋਗੂ ਕਰਾ ਰਹੇ ਨੇ, ਲੜਾ ਵੀ ਪਿੱਛੇ ਨਗਾਰਚੀ ਹੁੰਦੇ ਲੜਾ ਰਹੇ ਹੁੰਦੇ ਨੇ, ਨਗਾਰਚੀ ਦੇ ਨਾਲ ਅਫਸਰ ਖੜੇ ਹੁੰਦੇ ਨੇ ਹੁਣ ਆਹ ਕਰੋ ਹੁਣ ਐਂ ਕਰੋ ਹੁਣ ਇਹਨੂੰ ਇਕੱਠੇ ਕਰੋ ਇਹਨੂੰ ਕੋਈ ਪਿੱਛੇ ਹੋ ਕੇ ਖਿੰਡ ਗਏ ਜ਼ਿਆਦਾ, ਇਹ ਹੁੰਦਾ ਹਿਸਾਬ ਹੁੰਦਾ ਹੈ। ਹਾਂਜੀ ਸੋ ਵੀਰ ਧੀਰ ਗਾਜੀਨ, ਵੀਰ ਜਿਹੜੇ ਨੇ ਸੂਰਮੇ ਨੇ ਧੀਰ ਜਵਾਨ ਨੇ ਗੱਜ ਰਹੇ ਨੇ, ਕਿਰਪਾਨ ਬਾਣ ਬਾਹੀ ਕਿਰਪਾਨਾ ਚਲਾ ਰਹੇ ਨੇ, ਤੀਰ ਚਲਾ ਰਹੇ ਨੇ, ਬਾਣ ਚਲਾ ਰਹੇ ਨੇ, ਆਜ਼ਾਦ ਅੰਗ ਲਾਹੀ ਬਸ ਅੰਗ ਵੜ ਵੜ ਸਿੱਟੀ ਜਾਂਦੇ ਨੇ ਇੱਕ ਦੂਏ ਦੇ, ਵਿਰੁੱਧ ਕ੍ਰੁੱਧ ਰਾਜੀਆਂ ਵਿਰੁੱਧ ਕ੍ਰੁੱਧ ਰਾਜੀਆਂ ਇੱਕ ਦੂਏ ਦੇ ਜਿਹੜੇ ਵਿਰੋਧੀ ਨੇ ਇੱਕ ਦੂਏ ਦੇ ਵਿਰੋਧੀ ਨੇ ਐਨ ਖੜੇ ਨੇ ਡਟੇ ਖੜੇ ਨੇ, ਕੋਈ ਢਿੱਲਾ ਨੀ ਪੈਂਦਾ, ਢਿੱਲਾ ਕੋਈ ਵੀ ਨੀ ਪੈਂਦਾ, ਖੜੇ ਨੇ ਇੱਕ ਦੂਏ ਦੇ ਵਿਰੁੱਧ। ਸੁਚਾਰ ਪੈਰ ਭਾਜੀਆਂ, ਚਾਰ ਪੈਰ ਵੀ ਪਿਛੇ ਨੂੰ ਨੀ ਕੋਈ ਹਟਦਾ, ਪਿਛੇ ਨੂੰ ਕੋਈ ਨੀ ਹਟਦਾ, ਗੱਡੇ ਖੜੇ ਨੇ ਉਵੇ। ਸੰਭਾਲ ਸ਼ਸਤਰ ਗਾਜ ਹੀ, ਸ਼ਸਤਰ ਸੰਭਾਲ ਕੇ ਸੰਭਾਲੇ ਹੋਏ ਨੇ ਸ਼ਸਤਰ, ਠਿੜਕਦੇ ਨੀ ਹੱਥ ਪੈਰ ਉਹਨਾਂ ਦੇ, ਗੱਜਦੇ ਨੇ ਨਾਲੇ। ਸੁਨਾਦ ਮੇਘ ਲਾਜ ਹੀ, ਸੁਣ ਕੇ ਜਿਹੜਾ ਮੇਘ ਹੈ ਨਾ ਬੱਦਲ ਉਹਨੂੰ ਵੀ ਸ਼ਰਮ ਆਉਂਦੀ ਹੈ, ਐ ਗੱਜਦੇ ਨੇ ਨਿਰਭੈ ਹੋ ਕੇ। ਹਲੰਕ ਹਾਕ ਮਾਰੀ, ਹਲੰਕ ਹਾਕ ਮਾਰੀ ਲਲਕਾਰ ਕੇ ਮਾਰਦੇ ਨੇ, ਜਿਹਨੂੰ ਮਾਰਦੇ ਨੇ ਮੇਰਾ ਤੀਰ ਆ ਗਿਆ ਸੰਭਲ ਜਾ, ਵਾਰ ਆ ਗਿਆ ਤਕੜਾ ਹੋ ਜਾ। ਸਰਕ ਸ਼ਸਤਰ ਝਾ ਰਹੀ, ਸਰਕ ਔਰ ਕਹਿ ਕੇ ਜਦੇ ਹੀ ਵਾਰ ਕਰ ਦਿੰਦੇ ਨੇ, ਸ਼ਸਤਰ ਜਦ ਮਾਰਦੇ ਨੇ ਪਹਿਲਾਂ ਉਹਨੂੰ ਆਵਾਜ਼ ਦੇ ਕੇ, ਧੋਖੇ ਨਾਲ ਨੀ ਮਾਰਦੇ ਕਿਸੇ ਨੂੰ ਵੀ ਮੂੰਹ ਭਰੇ ਨੂੰ ਆਪਣੇ ਮਾਰ ਦਈਏ, ਸ਼ਸਤਰ ਜੱਜ ਇਸੇ ਗੱਲ ਨੂੰ ਕਹਿ ਰਹੇ ਨੇ ਨਾ, ਜਿਹੜਾ ਜਿਵੇਂ ਲਿਖ ਰਹੇ ਨੇ ਵੀ ਜੰਗ ਦੇ ਨਿਯਮ ਨੀ ਕੋਈ ਤੋੜ ਰਿਹਾ, ਇਸ ਕਰਕੇ ਸਾਡਾ ਖਾਨਦਾਨ ਹੈ ਨਿਯਮ ਤੋੜਦਾ ਨੀ ਸ਼ੁਰੂ ਤੇ ਮੈਂ ਵਡਿਆਈ ਲਿਖ ਰਿਹਾ ਉਹਨਾਂ ਦੀ, ਮੈਨੂੰ ਸ਼ਰਮ ਆਉਂਦੀ ਹੈ ਲਿਖ ਰਿਹਾ ਮੈਂ ਸੱਚੀ ਗੱਲ, ਨਿਯਮ ਨੀ ਕੋਈ ਤੋੜ ਰਿਹਾ ਜੰਗ ਦਾ, ਇਹਨਾਂ ਨੂੰ ਵਿਦਵਾਨਾਂ ਨੂੰ ਕੀ ਪਤਾ ਜੰਗ ਦੇ ਨਿਯਮ ਕੀ ਹੁੰਦੇ ਨੇ, ਇਹਨਾਂ ਨੂੰ ਕੀ ਪਤਾ ਸ਼ਬਦਾਵਲੀ ਕੀ ਗੱਲ ਹੈ ਕੀ ਲਿਖਿਆ ਹੋਇਆ, ਇਹ ਤਾਂ ਵੱਖ ਵੱਖ ਕਰੀ ਜਾਂਦੇ ਨੇ, ਇਹਨਾਂ ਨੂੰ ਪਤਾ ਵੀ ਜੰਗ ਦੇ ਨਿਯਮ ਕੀ ਹੁੰਦੇ ਨੇ, ਕਦੇ ਪਿਓ ਦਾਦੇ ਨੇ ਤਲਵਾਰ ਦੇਖੀ ਇਹਨਾਂ ਨੇ ਚਲਾਈ ਹੈ, ਉਹ ਤੁਹਾਨੂੰ ਪਤਾ ਨਾ ਲੈਣ ਨਾ ਦੇਣ ਨਾ ਤੁਹਾਡਾ ਵਿਸ਼ਾ ਰਵੇ, ਵੱਖ ਵੱਖ ਕਰੀ ਜਾਂਦੇ ਹੋ ਕੀ ਫਾਇਦਾ। ਭਿਰੇ ਵਿਸਾਰ ਸੋਕਿਆਂ, ਜਿਨ੍ਹਾਂ ਨੇ ਇਹ ਪ੍ਰਮਾਣ ਇਹ ਕੀਤੇ ਨੇ ਨਾ ਉਹਨਾਂ ਨੇ ਜੰਗਾਂ ਵੀ ਕੀਤੀਆਂ ਨੇ, ਜਿਨ੍ਹਾਂ ਨੇ ਦਸਮ ਗ੍ਰੰਥ ਨੂੰ ਮਾਨਤਾ ਦਿੱਤੀ ਤੀ ਉਹੀ ਸਰ ਲਿਆ ਸੀ ਮੱਸੇ ਰਗੜ ਦਾ ਵੱਢ ਕੇ, ਤੁਸੀਂ ਲੈ ਆਓਗੇ ਸੁਣ ਕੇ ਵੀ ਕੰਬਣ ਲੱਗ ਜਾਂਦੇ ਹੋ। ਪਿਰੇ ਵਿਸਾਰ ਸੋਕੀਆਂ, ਪਿਰੇ ਵਿਸਾਰ ਸੋਕੀਆਂ, ਸ਼ੋਕ ਚਿੰਤਾ ਨੂੰ ਵਿਸਾਰ ਕੇ ਭਿੜੇ ਹੋਏ ਨੇ, ਚਿੰਤਾ ਵਾਲੀ ਕੋਈ ਗੱਲ ਨੀ, ਪਿੱਛੇ ਕੀ ਹੋਊ ਨਿਆਣਿਆਂ ਦਾ ਕੀ ਨਹੀਂ ਹੋਊ ਕੋਈ ਪਰਵਾਹ ਨੀ ਕਿਸੇ ਨੂੰ, ਕੋਈ ਚਿੰਤਾ ਨੀ ਹੈਗੀ ਕੌਣ ਵਜੂਗਾ ਕੌਣ ਰਹੂਗਾ ਕੀ ਹੋਊਗਾ ਕੀ ਨਹੀਂ ਹੋਊਗਾ, ਉਹ ਬਾਅਦ ਚ ਦੇਖਾਂਗੇ, ਪਹਿਲਾਂ ਫੈਸਲਾ ਕਰ ਲਈਏ ਬਜਦਾ ਕੌਣ ਹੈ ਤੇ ਮਰਦਾ ਕੌਣ ਹੈ, ਕੌਣ ਵਜੂਗਾ ਕੌਣ ਮਰੂਗਾ ਤੇ ਬਾਅਦ ਚ ਪਤਾ ਲੱਗੂ, ਇਹਦੇ ਚ ਕੀ ਕਰਨਾ ਹੁਣ। ਸਿਧਾਰ ਦੇਵ ਲੋਕੀਆਂ, ਸਿਧਾਰ ਦੇਵ ਲੋਕੀਆਂ, ਦੇਵ ਲੋਕ ਨੂੰ ਵੀ ਸਦਾ ਜਾਈ ਜਾਂਦੇ ਨੇ, ਸਰੀਰ ਵੀ ਛੱਡੀ ਜਾਂਦੇ ਨੇ ਫਿਰ ਵੀ ਕੋਈ ਪਰਵਾਹ ਨੀ। ਰਿਸੇ ਵਿਰੁੱਧ ਵੀਰੀਆਂ, ਦੁਸ਼ਮਣ ਜਵਾਨ ਜਵਾਨਾਂ ਦੇ ਵਿਰੁੱਧ ਰਿਸੇ ਹੋਏ ਨੇ, ਗੁੱਸੇ ਚ ਆਏ ਹੋਏ ਨੇ, ਦੋਵੇਂ ਪਾਸੇ ਦੇਖੋ ਵੀਰ ਦੋਵੇਂ ਪਾਸੇ ਦੇ ਲਿਖ ਦਿੱਤਾ, ਦੋਵੇਂ ਪਾਸੇ ਦੇ ਬਹਾਦਰ ਨੇ, ਬਹਾਦਰ ਬਹਾਦਰਾਂ ਦੇ ਖਿਲਾਫ ਕੋਵੇਂ ਡਟੇ ਹੋਏ ਨੇ ਗੁੱਸੇ ਚ ਨੇ, ਗੁੱਸਾ ਕਿਸੇ ਦਾ ਕੰਮ ਨਹੀਂ ਹੋ ਰਿਹਾ, ਗੁੱਸਾ ਨੀ ਕਿਸੇ ਦਾ ਘੱਟ ਰਿਹਾ। ਸੁਮਾਰ ਝਾੜ ਤੀਰੀਆਂ, ਮਾਰ ਝਾੜ ਤੀਰੀਆਂ, ਤੀਰ ਚਲਾ ਰਹੇ ਨੇ, ਤੀਰਾਂ ਦੀ ਵਰਖਾ ਕਰ ਰਹੇ ਨੇ ਇੱਕ ਦੂਏ ਦੇ ਉੱਤੇ। ਸ਼ਬਦ ਸੰਖ ਵੱਜੀਆਂ, ਸੰਖ ਦੇ ਸ਼ਬਦ ਵੀ ਵੱਜਦੇ ਨੇ, ਸੰਖਨਾਦ ਵੀ ਹੋ ਰਿਹਾ ਵਿੱਚ। ਸੋ ਵੀਰ ਧੀਰ ਸੱਜੀਆਂ, ਸੂਰਮੇ ਜਿਹੜੇ ਨੇ ਸਜੇ ਹੋਏ ਨੇ ਸ਼ਸਤਰਾਂ ਨਾਲ ਪੂਰੇ, ਰਸਾਵਲ ਛੰਦ
ਤੁਰੀ ਸੰਖ ਬਾਜੇ ਮਹਾਂਵੀਰ ਸਾਜੇ। ਤੁਰੀ ਵੀ ਵੱਜਦੀ ਹੈ, ਸੰਖ ਵੀ ਵੱਜਦੇ ਨੇ, ਨਗਾਰੇ ਵੀ ਵੱਜਦੇ ਨੇ, ਔਰ ਯੋਧੇ ਜਿਹੜੇ ਨੇ ਸ਼ਸਤਰਾਂ ਨਾਲ ਸਜੇ ਹੋਏ ਨੇ। ਨਚੇ ਤੁੰਦ ਤਾਜੀ, ਬੜੇ ਤੇਜ ਘੋੜੇ ਨੇ ਜਿਹੜੇ, ਉਹ ਵੀ ਟੱਪ ਰਹੇ ਨੇ, ਉਹ ਵੀ ਕਾਲੇ ਨੇ। ਕੁਛ ਘੋੜੇ ਪਿੱਛੇ ਹੁੰਦੇ ਨੇ, ਸਾਰੇ ਨੀ ਜਾਂਦੇ ਹੁੰਦੇ ਮੈਦਾਨ ਦੇ ਵਿੱਚ, ਸਾਰੇ ਜਵਾਨ ਵੀ ਨੀ ਜਾਂਦੇ ਹੁੰਦੇ, ਜਿਹੜੇ ਪਿੱਛੇ ਨੇ ਉਹ ਕਾਲੇ ਨੇ। ਵੀ ਸਾਨੂੰ ਹੁਕਮ ਹੋਵੇ ਅਸੀਂ ਭੱਜੀਏ ਜਾਈਏ ਗਾਹ, ਐਨ ਵੀ ਉਹ ਡਰਦੇ ਹੁੰਦੇ ਨੇ ਉਹਨਾਂ ਨੂੰ ਮਰਦਿਆਂ ਨੂੰ ਦੇਖ ਕੇ, ਉਹ ਡਰਦੇ ਨੇ ਉਹ ਪਿੱਛੇ ਨੂੰ ਭੱਜ ਜਾਣ। ਉਹ ਤਾਂ ਉਹਨਾਂ ਦੀ ਵੀ ਜ਼ਿਕਰ ਆਊਗਾ ਇੱਕ ਲਾਈਨ ਦੇ ਵਿੱਚ, ਇਹੋ ਜਿਹੇ ਵੀ ਸੀਗੇ ਜਿਹੜੇ ਭੱਜ ਗਏ, ਤਾਂ ਉਹ ਜਿਉਂਦਿਆਂ ਜੇ ਨਾ ਮਰਿਆਂ ਚ ਬਾਅਦ ਵਾਲੇ। ਬੱਚੇ ਸੂਰ ਗਾਜੀ, ਬੱਚੇ ਸੂਰ ਗਾਜੀ, ਸੂਰਮੇ ਜਿਹੜੇ ਨੇ ਨਾ ਗੱਜਦੇ ਨੇ, ਐ ਗੱਜਦੇ ਨੇ ਜਿਵੇਂ ਕੋਈ ਅੱਗ ਚੋਂ ਨਿਕਲਦੀ ਹੈ ਨਾ, ਜਾਂ ਅੱਗ ਮੱਚਦੀ ਹੈ, ਉਹ ਜੋ ਵੀ ਬੜਬੜ ਦੀ ਆਵਾਜ਼ ਆਉਂਦੀ ਹੈ, ਗੁੱਸੇ ਨਾਲ ਨਿਕਲਦੀ ਆਵਾਜ਼ ਉਹਨਾਂ ਦੇ ਵਿੱਚੋਂ। ਚਿਵੀ ਤੇਜ ਤੇਗੰ ਮਨੋ ਬਿਜ ਬੇਗੰ, ਤੇਗਾਂ ਦੀਆਂ ਐ ਚਮਕਾਰਾਂ ਪੈਣ ਲੱਗ ਗਈਆਂ ਜਿਵੇਂ ਬਿਜਲੀ ਚਮਕਦੀ ਹੁੰਦੀ ਹੈ, ਤਲਵਾਰਾਂ ਐ ਲਿਸ਼ਕਦੀਆਂ ਨੇ ਜਿਵੇਂ ਬਿਜਲੀ ਚਮਕਦੀ ਹੁੰਦੀ ਹੈ। ਉੱਠੇ ਨਾਦ ਨਦਨ ਧੁਨਕ ਨਿਰਬਖਾਦਨ, ਉੱਠੇ ਨਦ ਨਾਦਨ, ਉੱਠੇ ਨਦ ਨਾਦਨ, ਨਾਦਾਂ ਦੇ ਵਿੱਚੋਂ ਇਹੋ ਜਿਹੀ ਆਵਾਜ਼ ਆਉਂਦੀ ਹੈ, ਦੋਵਾਂ ਪਾਸਿਆਂ ਤੋਂ ਇੱਕੋ ਜਿਹੀ ਆਵਾਜ਼ ਆਉਂਦੀ ਹੈ ਨਾਦਾਂ ਦੀ। ਉਹ ਵੀ ਕਹਿੰਦੇ ਨੇ ਤਕੜੇ ਹੋ ਕੇ ਪੈ ਜਾਓ, ਉਹ ਵੀ ਕਹਿੰਦੇ ਤਕੜੇ ਹੋ ਕੇ ਪੈ ਜਾਓ, ਇੱਕੋ ਹੀ ਆਵਾਜ਼ ਹੋਈ। ਕੋਈ ਐਂ ਨੀ ਕਹਿੰਦਾ ਇੱਕ ਪਾਸੇ ਵਾਲੇ ਕਹਿੰਦੇ ਹੁਣ ਵੀ ਤਕੜੇ ਹੋ ਕੇ ਪੈ ਜਾਓ, ਦੂਏ ਪਾਸੇ ਵਾਲੇ ਕਹਿੰਦੇ ਹੁਣ ਭੱਜ ਚੱਲੋ, ਫਿਰ ਵਿਰੋਧੀ ਨਿਰਬਖਾਦ ਆਵਾਜ਼ ਨਾ ਰਹੀ, ਵਿਰੋਧੀ ਆਵਾਜ਼ ਹੋ ਗਈ। ਫਿਰ ਤੁਹਾਨੂੰ ਕਹਿੰਦੇ ਨਿਰਬਖਾਦ, ਇੱਕੋ ਆਵਾਜ਼ ਆ ਦੋਹਾਂ ਦੇ ਵਿੱਚ। ਉਹ ਕਹਿੰਦੇ ਤਗੜੇ ਹੋ ਜਾਓ, ਪਿੱਛੇ ਨੀ ਹਟਣਾ ਚਾਹੇ ਕੁਛ, ਉਹ ਵੀ ਕਹਿੰਦੇ ਪਿੱਛੇ ਨੀ ਹਟਣਾ ਕੁਛ ਹੋ ਜਾਏ, ਇੱਕੋ ਜਿਹੀ ਆਵਾਜ਼ ਆ ਦੋਹਾਂ ਦਾ, ਇੱਕੋ ਜਿਹੀ ਹਲਾਸ਼ੇਰੀ ਆ ਦੋਹਾਂ ਦੀ। ਟੁੱਟਾ ਖੱਗ ਖੋਲਮ ਮੁਖੰਗ ਮਾਰ ਬੋਲਮ, ਖੱਗ ਜਿਹੜੇ ਬੜੇ ਤਲਵਾਰਾਂ ਸੀਆਂ, ਖੱਗ ਸੀ ਚੌੜੀ ਤਲਵਾਰ ਨੂੰ ਖੱਗ ਕਹਿੰਦੇ ਨੇ, ਘੱਟੋ ਘੱਟ 6 ਉਂਗਲ ਚੌੜੀ ਤਲਵਾਰ ਹੋਵੇ ਤਾਂ ਖੱਗ ਕਿਹਾ ਜਾਂਦਾ, 6 ਉਂਗਲ ਤਲਵਾਰ ਚੌੜੀ ਹੋਵੇ ਫਿਰ ਉਹ ਖੱਗ ਹੈ। ਅੱਡ ਅੱਡ ਤਲਵਾਰਾਂ ਦੇ ਨਾਂ ਨੇ, ਸਰੋਹੀ ਅੱਡ ਦਾ ਨਾਂ ਹੈ, ਕਾਤੀ ਅੱਡ ਦਾ ਨਾਂ ਹੈ, ਇਹਨਾਂ ਦੇ ਅੱਡ ਨੇ ਘਾਟ ਦਾ ਨਾਂ ਹੈ, ਅੱਡ ਅੱਡ ਜਗ੍ਹਾ ਦੀਆਂ ਅੱਡ ਅੱਡ ਘਾਟਾਂ। ਖੱਗ ਖੋਲਣ, ਟੁੱਟੇ ਖੱਗ ਖੋਲਣ, ਬਿਆਨ ਖੋਲ ਮਿਆਨ ਹੁੰਦਾ ਹੈ, ਬਿਆਨ ਲੱਕੜ ਦਾ ਹੁੰਦਾ ਨਾ, ਮੁਖੰਗ ਮਾਰ ਤਲਵਾਰਾਂ ਦੇ ਬਿਆਨ ਟੁੱਟੇ ਪਏ ਨੇ, ਰੁੜਦੇ ਫਿਰਦੇ, ਟੁੱਟਣਾ ਹੀ ਆ ਉੱਥੇ ਬਈ, ਜੇ ਡਿੱਗ ਪਿਆ ਬਿਆਨ ਸੜੇ, ਘੋੜਾ ਆਇਆ ਉੱਥੇ ਦੀ ਪੈਰ ਤਰਦਾ ਟੁੱਟ ਗਿਆ, ਉੱਥੇ ਗਾਂ ਉਹ ਤਾਂ ਐ ਜਿਵੇਂ ਪੈੜੀ ਪਾਈ ਹੁੰਦੀ ਹੈ ਉੱਤੇ, ਹੁਣ ਡੈੜਦੇ ਹੀ ਫਿਰਦੇ ਨੇ ਘੋੜੇ, ਉੱਥੇ ਗਾਂ ਚੱਕਦਾ ਕੋਈ ਕਿਸੇ ਨੂੰ, ਜਿਹੜਾ ਡਿੱਗ ਪਿਆ ਚਾਹੇ ਜਿਉਂਦਾ ਚਾਹੇ ਉੱਤੇ ਦੀ ਲੰਘ ਜਾਣਾ ਸਭ ਨੇ। ਮੁਖੰਗ ਮਾਰ ਬੋਲਣ, ਮੁਖੰਗ ਮਾਰ ਬੋਲਣ, ਮਾਰੋ ਮਾਰ ਪੁਕਾਰਦੇ ਨੇ ਮੁੱਖ ਤੋਂ, ਤਕਾ ਧੀਕ ਧੱਕਣ, ਤਕਾ ਧੀਕ ਧੱਕਣ, ਕੋਈ ਦੂਆ ਦੂਏ ਨੂੰ ਲੈ ਜਾਂਦਾ ਧੱਕੇ, ਦੂਆ ਦੂਏ ਨੂੰ ਲੈ ਜਾਂਦਾ ਧੱਕੇ, ਗਿਰੇ ਹੱਕ ਬੱਕਮ, ਹਾਂ ਹੱਕ ਬੱਕਮ, ਹੱਕੇ ਬੱਕੇ ਹੋ ਕੇ ਗਿਰ ਰਹੇ ਨੇ ਕਈ ਆਦਮੀ, ਦਲੰਗ ਜਿਹੜਾ ਹੱਕਾ ਬੱਕਾ ਹੋ ਜਾਂਦਾ ਉਹ ਤਾਂ ਗਿਰੇ ਜਾਣਾ ਉਹਨੇ ਤਾਂ, ਦਲੰਗ ਦੀ ਗਾਹੰ, ਦਲੰਗ ਦੀ ਗਾਹੰ, ਦੁਸ਼ਮਣਾਂ ਦੇ ਦਲ ਨੂੰ ਗਾਹ ਰਹੇ ਨੇ, ਅਧੋ ਅੰਗ ਲਾਹੰ, ਅਧੋ ਅਧੀ ਟੋਟੇ ਕਰਕੇ ਸੁੱਟ ਰਹੇ ਨੇ, ਪ੍ਰਯੋਗੰ ਪ੍ਰਹਾਰੰ ਬਕੇ ਮਾਰ ਮਾਰੰ, ਬਕੇ ਮਾਰ ਮਾਰੰ, ਹਰ ਤਰ੍ਹਾਂ ਦਾ ਪ੍ਰਯੋਗ ਸ਼ਸਤਰ ਪ੍ਰਯੋਗ ਕਰਦੇ ਨੇ, ਪ੍ਰਯੋਗੰ ਪਹਾਰਾ ਪ੍ਰਹਾਰੰ, ਪ੍ਰਹਾਰ ਦਾ ਹਰ ਪ੍ਰਯੋਗ ਕਰਦੇ ਨੇ, ਕਿਵੇਂ ਪ੍ਰਹਾਰ ਕਰਨੇ, ਕਿਵੇਂ ਵਾਰ ਕਰਨੇ, ਕਰਨਾ ਲਲਕਾਰ ਕੇ ਕਰਨਾ ਕਿਵੇਂ, ਉਹ ਗੱਲ ਅਲੱਗ ਹੈ, ਹਰ ਤਰੀਕਾ ਪ੍ਰਯੋਗ ਕਰ ਰਹੇ ਨੇ, ਬਕੇ ਮਾਰ ਮਾਰੰ, ਬਕੇ ਮਾਰ ਮਾਰ, ਜਿੰਨੇ ਜੰਗ ਦੇ ਨਿਯਮ ਨੇ ਤਰੀਕੇ ਨੇ ਪ੍ਰਹਾਰ ਦੇ, ਸਾਰੇ ਤਰੀਕੇ ਵਰਤ ਰਹੇ ਨੇ, ਪ੍ਰਹਾਰ ਦੇ ਤਰੀਕੇ ਹੁੰਦੇ ਨੇ ਨਾ, ਸਾਰੇ ਤਰੀਕੇ ਵਰਤ ਰਹੇ ਨੇ ਪ੍ਰਹਾਰ ਦੇ। ਨਦੀ ਰਕਤ ਪੂਰਮ ਫਿਰੀ ਗੈਣ ਹੂਰੰ, ਬਸ ਨਦੀ ਰਕਤ ਪੂਰਮ, ਨਦੀ ਖੂਨ ਤਾਂ ਐਂ ਚੱਲਣ ਲੱਗ ਗਿਆ ਜਿਵੇਂ ਪਰਨਾਲਾ ਚੱਲਦਾ ਹੁੰਦਾ, ਉਹ ਖੂਨ ਦਾ ਤਾਂ ਥੋੜਾ ਜਿਹਾ ਪਰਨਾਲਾ ਵੀ ਚੱਲ ਪਏ, ਨਦੀ ਉਹ ਹੁੰਦੀ ਹੈ ਲਕੀਰ ਵੀ ਚੱਲ ਪਵੇ, ਔਰ ਖੂਨ ਦੀ ਕਿਹੜੇ ਸੱਚੀ ਮੁੱਚੀ ਨਦੀ ਚੱਲ ਪਊਗੀ, ਐ ਚੱਲਦੀਆਂ ਨੇ ਵਹਿੰਦੀਆਂ ਧਾਰਾਂ ਨਦੀ ਦੀਆਂ। ਫਿਰੀ ਗੈਣ ਹੂਰੰ, ਐ ਸਮਝ ਲਓ ਉਧਰ ਆਕਾਸ਼ ਦੇ ਵਿੱਚ ਮੌਤ ਫਿਰਦੀ ਹੈ, ਹੂਰਾਂ ਫਿਰਦੀਆਂ ਨੇ, ਗਜੇ ਗੈਣ ਕਾਲੀ ਹਸੀ ਖੱਪਰਾਲੀ, ਗਜੇ ਗੈਣ ਕਾਲੀ, ਆਕਾਸ਼ ਦੇ ਵਿੱਚ ਕਾਲੀ
ਵੀ ਗੱਜਦੀ ਫਿਰਦੀ ਹੈ ਕਾਲੀ ਨੂੰ ਤਾਂ ਮੌਜ ਬੜੀ ਹੋਈ ਹੈ। ਕਾਲੀ ਕਹਿੰਦੇ ਨੇ ਬੜਾ ਖੁਸ਼ ਹੁੰਦੀ ਹੈ ਜਦੋਂ ਜੰਗ ਹੁੰਦੀ ਹੈ ਖੂਨ ਡੁੱਲਦਾ ਕਾਲੀ ਬੜੀ ਖੁਸ਼ ਹੁੰਦੀ ਹੈ। ਹੱਸੀ ਖੱਪਰ ਵਾਲੀ, ਖੱਪਰ ਵਾਲੀ ਵੀ ਹੱਸਦੀ ਹੈ ਖੱਪਰ ਲਹੂ ਪੀਂਦੀ ਹੈ ਨਾ ਉਹ ਕਹਿੰਦੇ ਨੇ ਵੀ ਲਹੂ ਪੀਂਦੀ ਹੈ ਇਹ ਕਹਿੰਦੇ ਨੇ ਹਿੰਦੂਆਂ ਦੀ ਗੱਲ ਹੈ ਵੀ ਉਹ ਜਿਹੜੀ ਹੈ ਨਾ ਮੌਤ ਦੀ ਦੇਵੀ ਹੈ ਅਸਲ ਚ ਕਾਲੀ ਮੌਤ ਦੀ ਦੇਵੀ ਨੂੰ ਕਹਿੰਦੇ ਨੇ ਮਹਾਸੂਰ ਕਾਲੀ ਤਾਂ ਸ਼ਿਵਜੀ ਦੀ ਵੀ ਮੌਤ ਹੈ ਸ਼ਿਵਜੀ ਦੇ ਸਿਆਦੀ ਤੇ ਤਾਲੀ ਪੈਰ ਧਰਿਆ ਹੋਇਆ ਉਹਦਾ ਸ਼ਿਵ ਜਿਹੜਾ ਸ਼ਿਵਜੀ ਹੈ ਨਾ ਉਹਦੀ ਵੀ ਮੌਤ ਹੈ ਕਾਲੀ ਸ਼ਿਵਜੀ ਨੂੰ ਮੌਤ ਕਹਿੰਦੇ ਨੇ ਉਹਦੀ ਮੌਤ ਕਹਾਂ ਕਾਲੀ ਹੈ ਤੇ ਮੌਤ ਦੀ ਦੇਵੀ ਮੰਨਦੇ ਨੇ ਕਾਲੀ ਨੂੰ ਮਹਾਸੂਰ ਸੋਹੰ ਮੰਡੇ ਲੋਹ ਕਰੋਹੰ ਮਹਾਸੂਰ ਸੋਹੰ ਮਹਾਸੂਰ ਮੇਰੇ ਜਿਹੜੇ ਬੜੇ ਸੋਹਰੇ ਨੇ ਬੜੇ ਸਜੇ ਤਜੇ ਹੋਏ ਨੇ ਸੱਜ ਕੇ ਗੱਲ ਨੇ ਮੰਨ ਕੇ ਆਉਂਦੇ ਨੇ ਸੱਜ ਕੇ ਆਉਂਦੇ ਨੇ ਘਰੋਂ ਜਿਵੇਂ ਵਿਆਹ ਉੱਠ ਜਾਈਦਾ ਹਾਂ ਜਾਂਦੇ ਨੇ ਦੇਖੋ ਚੌਨਾ ਜਾਂਦੇ ਨੇ ਨਾ ਤਾਂ ਹੀ ਲਾੜਾ ਲਾੜੀ ਆਇਆ ਨਾ ਲਾੜਾ ਦੇਖਣ ਲਾੜੀਆਂ ਚੌ ਕਰਦੇ ਹੋਈਆਂ ਲਾੜੇ ਉਹ ਸੱਜ ਕੇ ਜਾਂਦੇ ਨੇ ਘਰੋਂ ਸਜਾ ਕੇ ਭੇਜਦੇ ਨੇ ਦੇਖੋ ਨਾ ਧੱਕੇ ਧਕਾਏ ਤਾਂ ਨਾ ਜਾਂਦੇ ਜਿਹੜਾ ਸੱਜ ਕੇ ਜਾਊ ਚੌ ਨਾ ਜਾਊ ਨਾ ਧੱਕੇ ਧਕਾਇਆ ਥੋੜੀ ਜਾਂਦਾ ਮਹਾਲੋਹ ਕਰੋਹੰ ਮਹਾਲੋਹ ਕਰੋਹੰ ਮਹਾਲੋਹ ਔਰ ਕਰੋਹੰ ਅੱਗੇ ਜਿਹੜੀਆਂ ਜੰਨਾਂ ਚੜ੍ਹਦੀਆਂ ਸੀਗੀਆਂ ਨਾ ਆਪਣੇ ਜੰਨਾਂ ਨੂੰ ਵੀ ਜਿਹੜੇ ਲੋਕ ਜਾਂਦੇ ਸੀ ਨਾ ਉਹ ਮਰਨ ਵਾਸਤੇ ਜਾਂਦੇ ਸੀ ਇਹ ਜਿਹੜੇ ਮੁਸਲਮਾਨ ਸੀ ਨਾ ਇਹ ਡੋਲੇ ਖੋਲ ਲੈਂਦੇ ਸੀ ਰਾਹ ਚੋਂ ਜੰਨਾਂ ਤਾਂ ਜਾਂਦੀਆਂ ਹੁੰਦੀਆਂ ਸੀ ਬੰਦੇ ਹਾਂ ਕੀ ਪਤਾ ਆਪਾਂ ਹੁਣ ਜਾਂਦੇ ਹਾਂ ਖਜ਼ਾਨਾ ਲੈ ਕੇ ਜਾਂਦੇ ਨੇ ਆਪਣੇ ਬੰਦੇ ਬੰਦੂਕਾਂ ਕਿਉਂ ਲੈ ਕੇ ਜਾਂਦੇ ਨੇ ਕੀ ਪਤਾ ਕਿਹੜੇ ਬੜੇ ਡਾਕੂ ਮਨ ਚ ਆ ਜਾਣੀ ਐ ਤਿਆਰੀ ਨਾਲ ਜਾਂਦੇ ਹੁੰਦੇ ਸੀ ਜੰਗ ਦੇ ਚਾੜੂ ਜਿਹੜੇ ਬਿਗਲ ਵੱਜਦੇ ਸੀ ਅੱਗੇ ਵੱਜੇ ਉਹ ਜੰਗ ਦੀ ਤਿਆਰੀ ਹੁੰਦੀ ਸੀ ਤੇ ਇਹਨਾਂ ਕਰਕੇ ਹੋਇਆ ਹੋਇਆ ਸੀ ਇਹ ਵੀ ਇੱਕ ਹਿਸਟਰੀ ਹੈ ਰਾਜਸਥਾਨ ਦੇ ਵਿੱਚ ਖਾਸ ਕਰ ਐਵੇਂ ਜਾਂਦੇ ਸੀ ਇਹ ਡੋਲੇ ਖੋਲ ਲੈਂਦੇ ਸੀ ਇਹਨਾਂ ਦੇ ਜਿਹੜੇ ਵਿਗੜੇ ਹੋਏ ਸੀ ਮੁਸਲਮਾਨ ਨਵੇਂ ਬਣੇ ਸੀ ਨਾ ਜਿਹੜੇ ਇਹਨਾਂ ਦੇ ਵਿੱਚੋਂ ਹੀ ਹਿੰਦੂਆਂ ਦੇ ਵਿੱਚੋਂ ਹੀ ਇਹੀ ਧੱਕਾ ਕਰਨ ਲੱਗ ਗਏ ਸੀ ਇਹਨਾਂ ਨਾਲ ਬੇਇੱਜ਼ਤੀ ਕਰਨ ਵਾਸਤੇ ਕਿਉਂ ਜਾਂਦੇ ਸੀਗੇ ਉਹ ਗਾਨੇ ਗੂਨੇ ਜਿਹੜੇ ਬੰਨਦੇ ਸੀ ਨਾ ਵਿਆਹ ਨੂੰ ਉਹ ਵਿਆਹ ਵਾਲਾ ਤਾਂ ਹੀ ਗਏ ਸੀ ਕੰਪੈਰੀਜ਼ਨ ਵਿਆਹ ਵਾਲਾ ਕਿਵੇਂ ਉੱਥੇ ਵੀ ਇਹੀ ਗੱਲ ਸੀ ਇੱਥੇ ਵੀ ਇਹੀ ਗੱਲ ਸੀ ਉਹ ਨਹੀਂ ਕਿਤੇ ਸੱਜ ਕੇ ਜਾਂਦੇ ਉੱਥੇ ਹੋਰ ਉੱਥੇ ਕੀ ਕਰਨ ਜਾਣਾ ਮਰਨ ਥੋੜੀ ਜਾਣਾ ਜਾਣਾ ਹੁੰਦਾ ਇੱਥੇ ਵੀ ਉਹ ਉਵੇਂ ਸੱਜ ਕੇ ਜਾਂਦੇ ਨੇ ਮਹਾਂਗਰਭ ਗੱਜੀਆਂ ਮਹਾਂਗਰਭ ਗੱਜੀਆਂ ਸਵੈਂਬਰਾਂ ਦੇ ਵਿੱਚ ਕੋਈ ਸਜਿਆ ਹੋਇਆ ਬੰਦਾ ਨਹੀਂ ਤੁਸੀਂ ਦੇਖਿਆ ਹੋਊਗਾ ਜੋ ਸਵੈਂਬਰ ਕਰਦੇ ਰਾਜੇ ਕੋਈ ਸੱਜ ਕੇ ਨਹੀਂ ਜਾਂਦਾ ਕੀ ਪਤਾ ਕਿਹਨੇ ਜਿੱਤਣੇ ਕਿਹਨੇ ਹਾਰ ਜੇ ਰਾਮਚੰਦਰ ਸਵੈਂਬਰ ਚ ਗਿਆ ਸੱਜ ਕੇ ਗਿਆ ਸਵੈਂਬਰ ਕੋਈ ਦੇਖ ਲਓ ਕੋਈ ਸਜਿਆ ਹੋਇਆ ਨਹੀਂ ਹੁੰਦਾ ਸਧਾਰਨ ਵੇਸ਼ਭੂਸ਼ਾ ਚ ਰਾਜੇ ਹੁੰਦੇ ਨੇ ਜਿਹੜੇ ਰਾਜਕੁਮਾਰ ਜਾਂਦੇ ਹੋ ਸਵੈਂਬਰ ਦੇ ਵਿੱਚ ਸਾਰੇ ਕੋਈ ਸਪੈਸ਼ਲ ਸਜਾ ਹੈ ਕੋਈ ਵੀ ਨਹੀਂ ਹੁੰਦਾ ਉਹਨਾਂ ਚ ਉਹ ਸਵੈਂਬਰ ਇੱਕ ਦਾ ਹੈ ਜਾਂਦੇ ਨੇ ਦਸ ਆਦਮੀ ਸਜਣ ਦਾ ਅਰਥ ਕੀ ਲਾੜਾ ਬਣ ਕੇ ਨਹੀਂ ਜਾਂਦਾ ਕੋਈ ਵੀ ਜਿਵੇਂ ਕਲਗੀ ਕੁਲਗੀ ਲਾ ਕੇ ਸਪੈਸ਼ਲ ਲਾੜਾ ਅਲੱਗ ਨਹੀਂ ਹੁੰਦਾ ਬਰਾਤ ਤੋਂ ਘਰੋਂ ਨਹੀਂ ਗਾਨਾ ਗੁਨਾ ਬਣ ਕੇ ਜਾਂਦਾ ਮੈਂ ਹੁਣ ਚੱਲਿਆ ਸਵੈਂਬਰ ਵਾਲਾ ਉਹ ਤਾਂ ਸਵੈਂਬਰ ਹੈ ਉੱਥੇ ਜੇ ਦਊ ਕਿ ਨਹੀਂ ਹੋਊ ਅੱਗੇ ਇਹ ਹੁੰਦਾ ਹੁੰਦਾ ਸੀ ਇਹ ਮੁਗਲਾਂ ਦੇ ਜ਼ਮਾਨੇ ਦੀ ਬਾਅਦ ਦੀ ਗੱਲ ਹੈ ਪਿੱਛੋਂ ਦੀ ਗੱਲ ਹੈ ਤੇ ਹੋਰ ਤਰ੍ਹਾਂ ਦੀ ਗੱਲ ਹੈ ਉਹ ਹੋਰ ਤਰ੍ਹਾਂ ਦੀ ਗੱਲ ਸੀ ਧੁਨੰਗ ਮੇਘ ਲੱਜੀਆਂ ਧੁਨੰਗ ਮੇਘ ਲੱਜੀਆਂ ਮਹਾਂਗਰਭ ਗੱਜੀਆਂ ਮਹਾਂਗਰਭ ਗੱਜੀਆਂ ਮਹਾਂਗਰਭ ਦੇ ਵਿੱਚ ਆ ਕੇ ਕਈ ਆਦਮੀ ਜ਼ਿਆਦਾ ਗਰਭ ਕਰਦੇ ਨੇ ਹੰਕਾਰ ਆਪਣੇ ਲੋੜ ਤੋਂ ਵੱਧ ਵੀ ਹੰਕਾਰ ਕਰ ਜਾਂਦੇ ਹੁੰਦੇ ਨੇ ਤੁਰੰਗ ਮੇਘ ਲੱਜੀ ਨੇ ਇੰਨੀ ਬੋਲਦੇ ਨੇ ਕਿ ਬੱਦਲ ਵੀ ਘੱਟ ਕਰਦਾ ਲੋੜ ਤੋਂ ਵੱਧ ਕਰਦੇ ਨੇ ਛਕੇ ਲੋਹ ਛਕਣ ਛਕੇ ਲੋਹ ਚੱਕਣ ਐਨ ਆਨੰਦ ਹੋ ਗਏ ਵਾਰ ਕਰਕੇ ਔਰ ਵਾਰ ਖਾ ਕੇ ਲੋਹਾ ਵਾਹ ਕੇ ਤੇ ਲੋਹਾ ਖਾ ਕੇ ਵਾਰ ਖਾ ਕੇ ਆਨੰਦ ਹੋ ਗਏ ਕਦੇ ਜਿਹੜੇ ਰੱਜੇ ਨਹੀਂ ਨਾ ਜੰਗ ਨਾਲ ਉਹ ਰੱਜ ਗਏ ਕਦੇ ਨਾ ਰੱਜੇ ਸ਼ੁੱਧ ਤੇ ਰੱਜ ਹੋ ਗਏ ਰਾਜੀ ਉਹ ਗਿਆਨ ਚਰਚਾ ਸੀ ਇਹ ਦੂਆ ਸ਼ੁੱਧ ਉੱਥੇ ਹੋਰ ਤਰ੍ਹਾਂ ਦੀ ਗੱਲ ਆ ਰੱਜ ਹੋ ਗਏ ਰਾਜੀ ਲਿਖਿਆ ਤੇ ਛਕਣ ਛੱਕੇ ਲਿਖਿਆ ਲਗੇ ਛੋਹ ਛਕਣ
ਗੱਲ ਉਹੋ ਜਿਹੀ ਆ, ਪਰ ਉਹ ਜੰਗ ਹੋਰ ਸੀ, ਇਹ ਜੰਗ ਦੂਜੀ ਹੋਈ ਹੈ। ਉਹ ਜੰਗ ਦੂਜੀ ਸੀ, ਇਹ ਦੂਜੀ ਹੈ। ਗੱਲ ਉਹਦੇ ਨਾਲ ਮਿਲਦੀ ਜੁਲਦੀ ਆ, ਪਰ ਦੋਹਾਂ 'ਚ ਹੈ ਫਰਕ। ਉੱਥੇ ਅੰਗ ਪੈਰ ਨਹੀਂ ਡਿੱਗ ਰਹੇ ਕਿਤੇ ਵੀ, ਕੱਟੇ ਹੋਏ ਅੰਗ ਪੈਰ ਨਹੀਂ ਡਿੱਗ ਰਹੇ। ਇੱਥੇ ਦੋਵੇਂ ਧੜੇ ਇੱਕੋ ਜਿਹੇ ਦਿਖਾਏ ਨੇ, ਉੱਥੇ ਦੋਵੇਂ ਧੜੇ ਇੱਕੋ ਜਿਹੇ ਨਹੀਂ ਦਿਖਾਏ ਹੋਏ। ਉੱਥੇ ਚੰਡੀ ਦਾ ਚੱਲਦਾ, ਚੰਡੀ ਦਾ ਕੋਈ ਕਿਤੇ ਜ਼ਖਮ ਜੋਖਮ ਲੱਗਿਆ ਹੋਇਆ ਭਾਵੇਂ ਦਿਖਾਤਾ ਹੋਵੇ, ਨਹੀਂ ਕੋਈ ਮਰਦਾ ਨਹੀਂ ਦਿਖਾਇਆ ਹੋਇਆ ਉੱਥੇ। ਉੱਥੇ ਗਿਆਨ ਭੋਜਨ ਦੀ ਮੁਖੰਗ ਮਾਰ ਬਕੰਗ, ਮੁਖੰਗ ਬਾ ਮਾਰ ਬਕੰਗ, ਮੁਖੰਗ ਮੁੱਛ ਬਕੰਗ। ਆ ਮੁਖੰਗ ਮਾਰ ਬਕੰਗ, ਮਾਰੋ ਮਾਰ ਪੁਕਾਰ ਦੇ ਨੇ ਮੂੰਹ ਤੋਂ, ਮੁਖੰਗ ਮੁੱਛ ਬਕੰਗ। ਆ ਜਿਹੜੇ ਬਾਂਕੇ ਨੇ ਉਹ ਮੁੱਛਾਂ ਨੂੰ ਤੇ ਹੱਥ ਵੀ ਫੇਰ ਰਹੇ ਨੇ। ਭਿਰੇ ਛਾੜ ਸੰਕੇ, ਸਾਰੇ ਸ਼ੰਕੇ ਛੱਡ ਕੇ ਇੱਕ ਦੂਜੇ ਨੂੰ, ਛਾੜ ਸੰਕੰ ਸ਼ੰਕੇ ਛੱਡ ਕੇ, ਚਿੰਤਾਵਾਂ ਛੱਡ ਕੇ ਭੜੇ ਹੋਏ ਨੇ, ਜੰਗ ਕਰ ਰਹੇ ਨੇ ਸਾਰੇ। ਕੋਈ ਪਿਛੇ ਦੀ ਚਿੰਤਾ ਨਹੀਂ ਕਿਸੇ ਨੂੰ। ਹਕਮ ਹਾਕ ਬਾਜੀ, ਘਿਰੀ ਸਹਿਣ ਸਾਜੀ, ਹਕਮ ਹਾਕ ਬਾਜੀ ਐਸੀ ਵੀ ਹਾਕਾ ਮਾਰਦੇ ਨੇ, ਘੇਰ ਲੋ ਘੇਰ ਲੋ, ਘਿਰੀ ਸਹਿਣ ਸਾਜੀ। ਆਹੋ ਘੇਰ ਲੋ, ਉਹ ਕਹਿੰਦੇ ਨੇ ਇਹਨਾਂ ਨੂੰ ਘੇਰ ਲੋ, ਉਹ ਕਹਿੰਦੇ ਨੇ ਉਹਨਾਂ ਨੂੰ ਘੇਰ ਲੋ, ਅੱਡੋ ਅੱਡ ਵੀ ਹੋ ਜਾਂਦੇ ਨੇ ਬੰਦੇ। ਚਿਰੇ ਸ਼ਾ ਚਿਰੇ ਚਾਲ ਢੁਕੇ, ਮੁਖੰ ਮਾਰ ਮੁਕੂਕੇ, ਕੋਈ ਸਾਰਿਆਂ ਪਾਸਿਆਂ ਤੇ ਚਾਰ ਚਪੇਰੇ ਗੇੜਾ ਦਿੰਦੇ ਨੇ ਜਿਹੜੇ ਵੱਡੇ ਹੁੰਦੇ ਨੇ, ਚਾਰ ਚਪੇਰੇ ਗੇੜਾ ਦੇ ਕੇ ਆਪਣੇ ਬੰਦਿਆਂ ਨੂੰ ਨਾ ਤਸੱਲੀ ਦਿੰਦੇ ਹੁੰਦੇ ਨੇ। ਉਹ ਮਾਰ ਮਾਰ ਕਰਦੇ ਨੇ ਜਿਹੜੇ ਪਿੱਛੇ ਆਦਮੀ ਨੇ ਨਾ ਘੋੜਾ, ਮੁਖੰ ਮਾਰ ਮੁਕੂਕੇ, ਸਾਰੇ ਯੋਧਿਆਂ ਨੂੰ ਲੜਾਉਣੇ ਵਾਲਾ ਇੱਕ ਪਿੱਛੇ ਹੁੰਦਾ ਬੰਦਾ, ਪਿੱਛੇ ਵੱਡੇ ਅਫਸਰ ਪਿੱਛੇ ਹੁੰਦੇ ਨੇ ਲੜਾਉਣੇ ਵਾਲੇ, ਲੜਨੇ ਵਾਲੇ ਉਦੋਂ ਛੋਟੇ ਹੁੰਦੇ ਨੇ, ਉਦੋਂ ਛੋਟੇ ਫਿਰ ਹੋਰ ਹੁੰਦੇ, ਉਦੋਂ ਛੋਟੇ ਹੋਰ ਹੁੰਦੇ ਨੇ, ਲੜਾਉਣ ਵਾਲੇ ਹਮੇਸ਼ਾ ਪਿੱਛੇ ਹੁੰਦੇ ਨੇ, ਸਾਰੇ ਪਾਸੇ ਜਿੱਥੇ ਦੱਬਦਾ ਉੱਥੇ ਜਾਂਦੇ ਨੇ ਫਿਰ ਘੋੜਾ ਲੈ ਕੇ ਉਹ ਭੱਜ ਕੇ। ਆਪ ਵੀ ਕਰਦੇ ਨੇ ਕੁਛ ਪ੍ਰਹਾਰ ਜਾ ਕੇ ਉਹਨਾਂ ਨੂੰ ਦਬਾਉਣ ਵਾਸਤੇ, ਜਿਹੜਾ ਜ਼ਿਆਦਾ ਯੋਧਾ ਵਧਿਆ ਹੋਵੇ ਉਹਨੂੰ ਆਪ ਫਿਰ ਉਹਦੇ ਮੂਹਰੇ ਹੋ ਜਾਂਦੇ ਨੇ, ਇਹ ਲੜਾਈ ਦੇ ਨਿਯਮ ਹੁੰਦੇ ਸੀ। ਰੁਕੇ ਸੂਰ ਸਾਗੰ, ਮਨੋ ਸਿੱਧ ਗੰਗੰ, ਹਾਂ ਐ ਰੁਕੇ ਹੋਏ ਨੇ ਸੂਰ ਵਰਸ਼ਿਆਂ ਦੇ ਉੱਤੇ, ਜਿਹੜੇ ਆਉਂਦੇ ਸੀ ਨਾ ਭੱਜੇ, ਵਰਸ਼ਿਆਂ ਨੇ ਐ ਰੋਕਤੇ ਜਿਵੇਂ ਸਮੁੰਦਰ ਗੰਗਾ ਨੂੰ ਰੋਕ ਦਿੰਦਾ, ਮਨੋ ਸਿੰਧ ਗੰਗੰ, ਜਾਂ ਗੰਗਾ ਆਉਂਦੀ ਨਾ ਭੱਜੀ, ਸਮੁੰਦਰ ਮੂਹਰੇ ਤੋਂ ਇੱਦਾਂ ਰੋਕ ਦਿੰਦਾ, ਮੂਹਰੇ ਵਰਸ਼ੇ ਨੇ ਐ ਰੋਕਦੇ ਭੱਜੇ ਆਉਂਦੇ ਜਿਵੇਂ ਸਮੁੰਦਰ ਨੇ ਗੰਗਾ ਰੋਕਤੀ, ਥੰਮਤੀ ਵਿਆਹ ਇੱਥੇ ਹੀ ਖੜ ਜਾਣ, ਤਾਂ ਨਹੀਂ ਜਾਣ ਦਿੰਦਾ, ਗੰਗਾ ਨੂੰ ਰੋਕਦਾ ਨੀ ਸਮੁੰਦਰ, ਜਾ ਕੇ ਖੜ ਜਾਂਦੀਆਂ ਨੇ ਉੱਥੇ, ਐ ਰੋਕ ਦਿੰਦਾ ਵਰਸ਼ਾ ਕਹਿੰਦੇ ਜਿਹੜਾ ਜ਼ਿਆਦਾ ਆਉਂਦਾ ਨਾ। ਟਹੇ ਨਾਲ ਢੱਕਣ ਕਿਰਪਾਨ ਕੜਕਣ, ਕਹੇ ਨਾਲ ਢੱਕਣ, ਟਹੇ ਨਾਲ ਢੱਕਣ, ਆ ਜਿਹੜੀਆਂ ਢਾਲਾਂ ਨੇ ਇਹਨਾਂ ਤੇ ਵੱਜਦੇ ਨੇ, ਟਕ ਟਕ ਦੀ ਆਵਾਜ਼ ਆਉਂਦੀ ਹੈ, ਕਿਰਪਾਨ ਕੜਕਣ, ਕਿਰਪਾਨਾਂ ਚੋਂ ਕੜਾਕੇ ਵੱਜਦੇ ਨੇ, ਕਿਰਪਾਨਾਂ ਵੱਜਦੀਆਂ ਨੇ ਨਾ ਢਾਲਾਂ ਦੇ ਉੱਤੇ, ਢਾਲ ਦੀ ਆਵਾਜ਼ ਆਪਣੀ ਹੈ, ਤਲਵਾਰ ਦੀ ਆਵਾਜ਼ ਆਪਣੀ ਹੈ, ਤਲਵਾਰ ਦੇ ਵਿੱਚੋਂ ਹੋਰ ਆਵਾਜ਼ ਨਿਕਲੀ ਹੈ, ਢਾਲ ਚੋਂ ਹੋਰ ਆਵਾਜ਼ ਨਿਕਲੀ ਹੈ, ਦੋਹਾਂ ਦੀ ਅੱਡੋ ਉਹ ਧਮਾਕਾ ਜਿਹਾ ਵੱਜਦਾ, ਉਹਦੇ ਵਿੱਚ ਕੜਾਕਾ ਵੱਜਦਾ, ਦੋ ਕਿਸਮ ਦੀ ਆਵਾਜ਼ ਆਉਣੀ ਹੈ, ਤਲਵਾਰ ਦੀ ਅੱਡ ਆਵਾਜ਼ ਆਉਣੀ ਹੈ, ਢਾਲ ਦੀ ਅੱਡ ਆਵਾਜ਼ ਆਉਣੀ ਹੈ। ਹਕਮ ਹਾਕ ਬਾਜੀ, ਨਚੇ ਤੁੰਦ ਚਤਾਜੀ, ਹਕਮ ਹਾਕ ਬਾਜੀ, ਹਾਕ ਤੇ ਹਾਕ ਮਾਰਦੇ ਨੇ, ਉਹ ਆਪਣੇ ਬੰਦਿਆਂ ਨੂੰ ਮਾਰਦਾ, ਉਹ ਆਪਣੇ ਬੰਦਿਆਂ ਨੂੰ ਮਾਰਦਾ, ਨਚੇ ਤੁੰਦ ਤੁੰਦ ਤਾਜੀ, ਉਹਨੂੰ ਲਲਕਾਰਦਾ, ਉਹਨੂੰ ਲਲਕਾਰਦਾ, ਨਚੇ ਤੁੰਦ ਤਾਜੀ, ਜਿਹੜੇ ਤੇਜ ਘੋੜੇ ਨੇ ਉਹ ਨੱਚਦੇ ਫਿਰਦੇ ਨੇ, ਦੇਖੋ ਘੋੜੇ ਜੰਗ ਤੋਂ ਡਰਦੇ ਨੀ ਹੁੰਦੇ, ਤਲਵਾਰਾਂ ਚੱਲਦੀਆਂ, ਵਰਸ਼ੇ ਚੱਲਦੇ ਨੇ, ਜਾਂ ਘੋੜੇ ਨੂੰ ਇਸ਼ਾਰਾ ਕਰਦੇ ਨੇ, ਚਾਹੇ ਮੂਹਰੇ ਤੇ ਵਰਸ਼ਾ ਘੋੜੇ ਦੇ ਲੱਗੇ ਕੁਛ ਲੱਗੇ, ਘੋੜਾ ਭੱਜ ਕੇ ਪੈਂਦਾ। ਰਸੰਗ ਰੁਦਰ ਪਾਗੇ, ਭਿਰੇ ਰੋਸ ਜਾਗੇ, ਰਸੰਗ ਰੁਦਰ ਪਾਗੇ, ਰੁਦਰ ਰਸ ਦੇ ਵਿੱਚ ਨੇ, ਖੂਨ ਵਹਿੰਦਾ, ਯਾਨੀ ਆਦ ਕਹਿੰਦੇ ਇਹਦੇ ਨੂੰ ਖੂਨ ਚੜਿਆ, ਇਹਦੇ ਖੂਨ ਸਵਾਰ ਹੋਇਆ, ਸੱਤ ਸਾਰਿਆਂ ਦੇ ਸੱਤ ਰੁਦਰ ਸਵਾਰ ਹੋਇਆ ਹੋਇਆ, ਰਸੰਗ ਰੁਦਰ ਪਾਗੇ, ਭਿਰੇ ਰੋਸ ਜਾਗੇ, ਰੁਦਰ ਰਸ ਦੇ ਵਿੱਚ ਆਏ, ਜੰਗ ਦੇ ਰਸ ਚ ਆਏ ਹੋਏ, ਜੰਗ ਕਰਨ ਦੇ ਮੂਡ ਚ ਨੇ, ਜੋ ਮਾਰੋ ਮਾਰ ਦੇ ਮੂਡ ਚ ਨੇ, 47 ਵਿੱਚ ਸਾਰਿਆਂ ਦੇ ਰੁਦਰ ਰਸ ਸੀ, ਜਵਾਕ ਵੀ ਕਹਿੰਦੇ ਮਾਰ ਦੋ ਮਾਰ ਦੋ ਮਾਰ ਦੋ, ਕੋਈ ਨੀ ਕਹਿੰਦਾ ਨਾ ਮਾਰੋ, ਸਾਰੇ ਹਵਾ ਫਿਰ ਗਈ ਸਾਰਿਆਂ ਨੂੰ, ਬਾਹਮਣ ਵੀ ਜਿਹੜੇ ਚੂਹੀ ਨੀ ਮਾਰਦੇ ਨੇ, ਚੂਹੀ ਨੀ, ਉਹ ਵੀ ਵਰਸ਼ੇ ਚੜਾ ਲਏ ਉਹਨਾਂ ਨੇ, ਜਿਹੜੇ ਕਹਿ ਜੇ ਉਹ ਦੇਖੇ ਨੇ ਕਿ ਸਾਨੂੰ ਵੀ ਸੂਹਾ ਜੜ ਕੇ ਦੋ, ਇੱਕ ਅੱਧੇ ਨੂੰ ਤਾਂ ਕਹਿੰਦੇ ਮਾਰਾਂਗੇ, ਸਾਰਿਆਂ ਦੇ ਉੱਤੇ ਹਵਾ ਇੱਕੋ ਹੋ ਗਈ ਸੀ, ਇਹ ਹਵਾ ਹੀ ਹੁੰਦੀ, ਰਸੰਗ ਰੁਦਰ ਪਾਗੇ,
ਰੁਦਰ ਰਸ ਜਾਂ ਚੜਦਾ ਸਾਰਿਆਂ ਨੂੰ ਚੜ ਜਾਂਦਾ ਵੀਰ ਰਸ ਜਾਂ ਚੜਦਾ ਨਾ ਵੀਰ ਰਸ ਹੋਰ ਹੈ ਰੁਦਰ ਰਸ ਹੋਰ ਹੈ ਵੀਰ ਰਸ ਦਾ ਚੜਦਾ ਜਵਾਨ ਤੇ ਹੀ ਰੁਦਰ ਦਾ ਸਾਰਿਆਂ ਦੀ ਚੜ ਜਾਂਦਾ ਨਿਰਭਉ ਤੇ ਵੀ ਚੜ ਜਾਂਦਾ ਵੀਰ ਰਸ ਤਾਂ ਚੜਦਾ ਨਾ ਬਹਾਦਰ ਤੇ ਹੀ ਉਹ ਹੋਰ ਚੀਜ਼ ਹੈ ਰੁਦਰ ਰਸ ਜੜੇ ਖੜੇ ਤੇ ਚੜ ਜਾਂਦਾ ਉਦੋਂ ਜਿਹੜੇ ਨਿਰਭੋਗ ਹੁੰਦੇ ਨੇ ਉਹ ਵੀ ਉਹੀ ਗੱਲ ਕਰਨ ਲੱਗ ਜਾਂਦੇ ਨੇ ਹਾਂਜੀ ਗਿਰੇ ਸੁੱਧ ਸੇਲੰਗ ਭਈ ਰੇਲ ਪੇਲੰਗ ਗਿਰੇ ਸੁੱਧ ਸੇਲੰਗ ਚਮਕਦਾਰ ਵਰਸ਼ੇ ਗਿਰੇ ਪਏ ਨੇ ਬੜੇ ਚਮਕੀਲੇ ਵਰਸ਼ੇ ਗਿਰੇ ਪਏ ਨੇ ਸੁੱਧ ਸੇਲੰਗ ਨਾ ਸਿੱਧੇ ਵਰਸ਼ੇ ਉਹ ਜਿਹੜੇ ਨੇ ਨਾਂਗਣੀ ਵਾਲੇ ਉਹ ਸਿੱਧੇ ਨਹੀਂ ਹੁੰਦੇ ਸੁੱਧ ਸਿੱਧੇ ਨੂੰ ਕਹਿੰਦੇ ਨੇ ਭਈ ਰੇਲ ਪੇਲੰਗ ਭਰੇ ਪੇਲੰਗ ਉਹੀ ਪਈ ਹੈ ਕੋਈ ਕਿਧਰੇ ਨੂੰ ਭੱਜਦਾ ਕੋਈ ਕਿਧਰੇ ਭੱਜਦਾ ਕੋਈ ਕਿਵੇਂ ਹੈ ਕੋਈ ਕਿਵੇਂ ਉਥਲ ਪੁਥਲ ਹੋਈ ਪਈ ਹੈ ਰੇਲ ਪਹਿਲੇ ਕਹਿੰਦੇ ਜੰਗ ਚ ਉਥਲ ਪੁਥਲ ਹੋਈ ਪਈ ਹੈ ਉਥਲ ਪੁਥਲ ਹੋ ਜਾਂਦੀ ਹੈ ਜਦੋਂ ਇੰਨੇ ਆਦਮੀ ਭਿੜ ਗਏ ਹਜ਼ਾਰ ਆਦਮੀ ਹਜ਼ਾਰਾਂ ਨੂੰ ਭਿੜ ਗਏ ਉਥਲ ਪੁਥਲ ਤਾਂ ਹੋ ਜਾਣੀ ਹੈ ਪਲੰਘ ਹਾਰ ਨੱਚੇ ਰਣਗ ਵੀਰ ਮੱਚੇ ਪਲੰਘ ਹਾਰ ਨੱਚੇ ਜਿਹੜੇ ਨੱਚੇ ਹਾਂ ਲੋ ਜਵਾਨ ਪਲਾਂਘਾ ਮਾਰ ਕੇ ਟਪੂਸੀਆਂ ਮਾਰ ਮਾਰ ਕੇ ਨੱਚਦੇ ਨੇ ਜੰਗ ਦੇ ਵਿੱਚ ਛਾਲਾ ਮਾਰ ਮਾਰ ਕੇ ਲੜਦੇ ਨੇ ਇੱਕ ਦੂਏ ਨੂੰ ਕੌਡੀ ਖੇਡਦੇ ਛਾਲਾ ਮਾਰਦੇ ਨੇ ਛਾਲਾ ਮਾਰ ਮਾਰ ਕੇ ਆਉਂਦੇ ਨੇ ਇੱਕ ਦੂਏ ਦੇ ਬੂਹਰੇ ਪਲੰਘ ਕਹਿੰਦੇ ਨੇ ਛਾਲ ਮਾਰਦੀ ਪਲੰਘ ਪਲੰਘ ਨੀ ਆਪਾਂ ਕਹਿੰਦੇ ਹਾਂ ਛਾਲ ਮਾਰ ਕੇ ਜਾਣਾ ਬੂਹਰੇ ਅਗਲੇ ਦੇ ਰਣਗਵੀਰ ਮੱਚੇ ਰਣਗਵੀਰ ਮੱਚੇ ਸੂਰਿਆਂ ਦਾ ਜੰਗ ਮੱਚਿਆ ਹੋਇਆ ਹੱਸੇ ਮਾਸਾ ਹਾਰੀ ਨੱਚੇ ਭੂਤ ਭਾਰੀ ਮਾਸਾਹਾਰੀ ਜਿਹੜੇ ਨੇ ਜਾਨਵਰ ਉਹਨਾਂ ਨੂੰ ਮੌਜ ਬਣੀ ਹੋਈ ਹੈ ਉਹਨਾਂ ਦਾ ਹੱਸਣਾ ਹੀ ਹੈ ਇਲਾ ਜਾ ਕੇ ਲੈ ਜਾਂਦੀ ਨੇ ਆਪਣਾ ਕੋਈ ਟੋਲਾ ਕੋਈ ਨੱਚੇ ਭੂਤ ਭਾਰੀ ਭੂਤ ਨੇ ਜਿਹੜੇ ਉਹ ਨੱਚਦੇ ਫਿਰਦੇ ਨੇ ਉਹ ਭੂਤ ਕਹਿੰਦੇ ਨੇ ਭੂਤਾਂ ਦਾ ਪਹਿਰਾ ਹੋ ਜਾਂਦਾ ਭੂਤ ਭਾਰੀ ਕੀ ਆ ਉੱਥੇ ਜਿਹੜੇ ਮਰ ਜਾਂਦੇ ਨੇ ਭੂਤੇ ਹੋ ਜਾਂਦੇ ਨੇ ਉਹ ਵੀ ਆਤਮਾ ਜੋ ਉੱਥੇ ਹੀ ਹੁੰਦੀ ਹੈ ਉਹਨਾਂ ਦੀ ਵੀ ਉਹ ਐ ਕਹਿੰਦੇ ਨੇ ਵੀ ਸੁਰਤੀ ਜਿੱਤਣ ਚ ਹੁੰਦੀ ਹੈ ਨਾ ਜੋ ਉਹਨਾਂ ਦੀ ਜਿੱਤ ਪ੍ਰਾਪਤ ਕਰਨ ਦੇ ਵਿੱਚ ਸੁਰਤੀ ਹੁੰਦੀ ਨੱਚੇ ਭੂਤ ਭਾਰੀ ਮਹਾ ਢੀਠ ਢੁੱਕੇ ਮੁਕੰਗ ਮਾਰ ਕੂਕੇ ਮਹਾ ਢੀਠ ਢੀਠ ਹੋਏ ਨੇ ਜੋ ਉਹਦੇ ਬਿਲਕੁਲ ਨੀ ਪਿੱਛੇ ਹਟਦਾ ਕੋਈ ਮਹਾ ਢੀਠ ਢੁੱਕੇ ਹਾਂ ਢੀਠ ਹੋ ਕੇ ਲੜਦੇ ਨੇ ਪਿੱਛੇ ਹਟਦਾ ਹੀ ਨੀ ਕੋਈ ਚਾਹੇ ਉਹਦੇ ਵਾਰ ਲੱਗ ਵੀ ਜਾਂਦਾ ਬਚਾਉਂਦੇ ਦੇ ਪਰ ਫਿਰ ਵੀ ਉੱਥੇ ਖੜਾ ਮੁਖੰਗ ਮਾਰ ਕੂਕੇ ਵਾ ਮਾਰੋ ਮਾਰੋ ਫਿਰ ਵੀ ਕਹਿੰਦਾ ਗਜੇ ਗੈਣ ਦੇਵੀ ਮਹਾ ਅੰਸ ਭੇਵੀ ਆਕਾਸ਼ ਦੇ ਵੀ ਦੇਵੀ ਗੱਜਦੀ ਹੈ ਬਹੁਤ ਦੀ ਚੰਡੀ ਗੱਜਦੀ ਹੈ ਆਕਾਸ਼ ਦੇ ਵਿੱਚ ਮਹਾ ਅੰਸ ਭੇਵੀ ਮਹਾ ਅੰਸ ਭੇਵੀ ਜਿਹਦਾ ਜੋਧੇ ਯੁੱਧ ਦੀ ਦੇਵੀ ਹੈ ਜਿਹੜੀ ਯੁੱਧ ਦੀ ਦੇਵੀ ਚੰਡੀ ਉਹ ਯੁੱਧ ਦੀ ਦੇਵੀ ਵੀ ਹੈ ਯੋਧਿਆਂ ਦੇ ਵਿੱਚ ਵੀ ਉਹ ਕੰਮ ਕਰਦੀ ਹੈ ਜਿਹੜੇ ਯੋਧੇ ਹੁੰਦੇ ਸ਼ੁੱਧ ਵਿਰਤੀ ਵਾਲੇ ਸ਼ੁੱਧ ਲੜਾਈ ਲੜਦੇ ਨੇ ਇਮਾਨਦਾਰੀ ਦੀ ਲੜਾਈ ਲੜਦੇ ਨੇ ਇਮਾਨਦਾਰੀ ਉੱਥੇ ਵੀ ਤਾਂ ਇਮਾਨਦਾਰੀ ਹੈ ਨਾ ਲੜਾਈ ਇਮਾਨਦਾਰੀ ਲੜਨਾ ਇਮਾਨਦਾਰੀ ਉੱਥੇ ਵੀ ਹੈ ਧੋਖੇ ਨਾਲ ਨਿਵਾਰਨਾ ਦੇਵੀ ਕਹਿੰਦੇ ਉੱਤੇ ਉਹ ਵੀ ਦੇਖਦੇ ਨੇ ਨਹੀਂ ਇਮਾਨਦਾਰੀ ਨਹੀਂ ਛੱਡਣੀ ਹੈ ਕਲੰਕ ਨਹੀਂ ਲਾਉਣ ਹੈ ਬਾਅਦ ਦੇ ਵਿੱਚ ਮਹਾਭਾਰਤ ਦੇ ਵਿੱਚ ਦੋ ਤਿੰਨ ਇਹਨਾਂ ਨੇ ਕੇਸ ਕਰਤੇ ਕ੍ਰਿਸ਼ਨ ਨੇ ਉਹਨੂੰ ਮਾਰਤਾ ਕਲੰਕ ਲਵਾ ਲਿਆ ਕਰਨ ਨੂੰ ਮਰਵਾਤਾ ਉਹਦਾ ਰਥ ਫਸ ਗਿਆ ਸੀ ਮਰਵਾਤਾ ਕਲੰਕ ਨਹੀਂ ਹੈ ਕਲੰਕ ਹੈ ਉਹਦੇ ਲੱਗਿਆ ਇਮਾਨਦਾਰੀ ਨਹੀਂ ਰਹੀ ਇਮਾਨਦਾਰੀ ਰਹੀ ਇੱਕ ਛੋਟੀ ਜਿਹੀ ਗੱਲ ਤੇ ਕਲੰਕ ਲੱਗ ਜਾਂਦਾ ਉਹ ਜਿੱਤ ਜਿੱਤੇ ਨਹੀਂ ਮਰਦੇ ਸਿਆਣਿਆਂ ਨੂੰ ਕਲੰਕ ਲੱਗ ਗਿਆ ਤਾਂ ਤੁਹਾਨੂੰ ਯੁੱਧ ਕਲੰਕਤ ਹੋ ਜਾਂਦਾ ਆਦਮੀ ਕਲੰਕਤ ਹੋ ਜਾਂਦਾ ਹੁਣ ਉਹਨਾਂ ਨੇ ਪਿੱਛੋਂ ਅਮਲਾ ਕਰਤਾ ਆਪਣੇ ਕਲੰਕਤ ਹੋ ਗਏ ਸਾਰੇ ਭਾਈਦਾਰੀ ਰਾਜ ਸਾਰੇ ਕਲੰਕਤ ਹੋ ਗਏ ਬੋਲਦੇ ਨੀ ਹੁਣ ਚੁੱਪ ਕੀਤੇ ਨੇ ਕਦੇ ਨੀ ਬੋਲਦੇ ਧੋਖਾ ਕੀਤਾ ਨਾ ਬੋਲੂ ਕੀ ਬਾਅਦ ਦੇ ਵਿੱਚ ਜਦ ਖਾਲਸੇ ਦਾ ਰਾਜ ਹੋਇਆ ਲੜੇ ਨੀ ਸਰੈਂਡਰ ਨਹੀਂ ਕਰਕੇ ਇਹਨੇ ਮੰਨ ਲਈ ਭਾਈਦਾਰੀ ਨੇ ਖਾਲਸੇ ਦੀ ਕਿਤੇ ਜੰਗ ਹੋਇਆ ਦੱਸਿਆ ਬਾਅਦ ਚ ਸ਼ਿਮਲੇ ਦੇ ਸਾਰੇ ਪਹਾੜ ਜਾਂਦੇ ਉਹਦੇ ਰਾਜ ਸੀ ਖਾਲਸੇ ਦਾ ਹੀ ਸੀ ਕੀ ਨੇ ਮੰਨ ਲਈ ਉਹਦੀ ਇੰਨੇ ਡਰਪੋਕ ਸੀ
ਲੜਾਈ ਹੋਈ ਮੁਸਲਮਾਨਾਂ ਨਾਲ ਹੋਈ ਹੈ, ਇਹਨਾਂ ਨੂੰ ਤਾਂ ਹੋਈ ਹੋ ਨਹੀਂ। ਜਿਹੜਾ ਆਦਮੀ ਕਾਇਰ ਹੁੰਦਾ ਈਨ ਵੀ ਬੜੀ ਛੇਤੀ, ਪਹਿਲਾਂ ਉਹਨਾਂ ਦੀ ਈਨ ਮੰਨੀ ਸੀ ਮੁਸਲਮਾਨਾਂ ਦੀ, ਲੜੇ ਤਾਂ ਉਹਨਾਂ ਨਾਲ ਨਹੀਂ ਹੈ। ਜਿਹੜੇ ਆਦਮੀ ਈਨੇ ਬਣ ਲੈਣੀ ਉਹਦਾ ਕੀ ਹੈ? ਇਹਨਾਂ ਨੂੰ ਬਣਾ ਰਹੇ ਤੇ ਅੰਮ੍ਰਿਤ ਛਕਾ ਕੇ ਪੁੱਟ ਪਾਣ ਦੇ ਰਹੇ ਤੇ, ਪਰ ਪਾਣ ਲੋਹਾ ਵੀ ਤਾਂ ਵਧੀਆ ਚਾਹੀਦਾ ਨਾ। ਉਹ ਲੋਹਾ ਨਹੀਂ ਸੀ ਕੰਮ ਦਾ, ਪਾਣ ਚੜ੍ਹਦੀ ਕਿਹਨੂੰ? ਐਕਸੈਪਟ ਨਹੀਂ ਕੀਤੀ ਪਾਣ, ਦੁੱਪੜ ਸੀ ਨਾ ਲੋਹਾ, ਇੱਕ ਦੁੱਪੜ ਲੋਹਾ ਹੁੰਦਾ। ਜਿਹੜੇ ਲੋਹੇ ਦਾ ਕੰਮ ਕਰਦਾ ਉਹਨੂੰ ਪਤਾ ਹੁੰਦਾ, ਉਹਦਾ ਕੁਛ ਵੀ ਨਹੀਂ ਬਣਦਾ ਦੁੱਪੜ ਲੋਹੇ ਦਾ। ਇਹ ਦੁੱਪੜ ਲੋਹਾ ਸੀ ਨਾ, ਤੁਸੀਂ ਚਿੱਤੀ ਵਾਲੇ ਦੁੱਪੜ ਲੋਹਾ ਹੁੰਦਾ, ਉਹਦਾ ਕੁਛ ਬਣਾ ਲਓ ਫੜ ਜਾਂਦਾ, ਬਸ ਫੜ ਜਾਣਾ। ਇਹ ਦੁੱਪੜ ਲੋਹਾ ਸੀ, ਪਾਣ ਕਿੱਥੇ ਚੜ੍ਹਦੀ? ਦੁੱਪੜ ਲੋਹੇ ਦਾ ਤਾਂ ਖੁਰਪਾ ਵੀ ਨਹੀਂ ਬਣਦਾ, ਤਲਵਾਰ ਤਾਂ ਕੀ ਬਣਨੀ ਹੈ? ਉਹਨਾਂ ਦੀ ਤਲਵਾਰ ਬਣਾਉਣੀ ਚਾਹੁੰਦੇ ਸੀ, ਉਹਦਾ ਕਈ ਕੁਆੜੇ ਵੀ ਨਹੀਂ ਬਣਦੀ ਉਹਦੀ, ਤਾਂ ਉਹਦੇ ਫੜ ਜਾਣੇ ਬਾਅਦ ਚ। ਲੋਹਾ ਨਹੀਂ ਸੀ ਚੰਗਾ, ਰਾਜਪੂਤਾਂ ਦਾ ਲੋਹਾ ਨਹੀਂ ਵਧੀਆ ਨਿਕਲਿਆ ਬਾਅਦ ਦੇ ਵਿੱਚ, ਸਿੱਖੀ ਚ ਰਾਜਪੂਤ ਨਹੀਂ ਸ਼ਾਮਿਲ ਹੋਏ, ਸਿੱਖੀ ਮੋਢਿਆਂ ਤੇ ਜੱਟਾਂ ਦੇ ਰਹੀ ਹੈ। ਫਿਰ ਜ਼ਿਆਦਾ ਜ਼ਿਆਦਾ ਤਾਦਾਦ ਚ ਜੱਟ ਸੀ, ਬਾਕੀ ਵੀ ਸੀ ਸਾਰੇ, ਪਰ ਇਸ ਏਰੀਏ ਦੇ ਸੀ ਆਪਣੇ ਮਾਲਵੇ ਦੇ ਜ਼ਿਆਦਾ, ਮਾਝਾ ਦੁਆਬਾ, ਦੁਆਬੇ ਚੋਂ ਘੱਟ ਨੇ। ਚੱਲ ਦੁਆਬੇ ਜਿੰਨੀ ਕੁ ਵੱਧ ਗਿਆ ਹੈ, ਪਰ ਆਹੀ ਏਰੀਏ ਨਾ ਰਾਜਪੂਤ ਬਾਈਦਾਰੀ ਰਾਜਪੂਤ ਨੇ ਸਾਰੇ ਰਾਜੇ, ਰਾਜਪੂਤ ਤਾਂ ਹੁਣ ਵੀ ਵਿਰੋਧੀ ਰਹੇ ਨੇ। ਰਾਜਪੂਤ ਸੀ ਨਾ ਇੱਥੇ ਵਾਲਾ, ਰਣਜੀਤ ਸਿੰਘ ਨਾਲ ਲੜਿਆ ਸੀ ਸਾਡੇ, ਕੀ ਹੈ ਪਿੰਡ ਕਕਰਾਲਿਆਂ ਦੇ ਨਾਲ ਲੱਗਦਾ ਇਹਨਾਂ ਦਾ, ਫੇਡੋ ਰਾਜਪੂਤਾਂ ਦੀ ਸੀ, ਲੜ ਪਿਆ ਸੀਗਾ ਉਹ ਸਿੰਘ, ਕਹਿੰਦਾ ਮੈਂ ਆਪਣੇ ਖੇਚ ਨਹੀਂ ਲੰਘਣ ਦਿੰਦਾ ਸਾਡੇ ਸਿੰਘ ਜਟਾਣਿਆਂ ਦਾ। ਉਹ ਕਹਿੰਦਾ ਮੈਂ ਲੰਘੂਗਾ ਨਾ, ਲੰਘਦਾ ਸੀ ਨਾ ਵੱਟਾ ਢਾਉਂਦਾ ਜਾਂਦਾ ਸੀ। ਲੋਕ ਕਹਿੰਦੇ ਲੰਘਣ ਨਹੀਂ ਦਿੰਦਾ, ਕਹਿੰਦਾ ਲੰਘਣ ਕਿਵੇਂ ਨਹੀਂ ਦਿੰਦਾ? ਉਹਨੇ ਦੇਹ ਆ ਗਿਆ, ਉਹ ਕਹਿੰਦਾ ਕਿੱਥੇ ਨਹੀਂ ਜਾਂਦਾ, ਨਰਮਾ ਬੀਜਿਆ ਹੋਇਆ ਸੀ ਉਹਨਾਂ ਦਾ। ਕੀ ਆ ਓਏ, ਉਹ ਆ ਗਿਆ ਪਿਸਤੌਲ ਲੈ ਕੇ ਆ ਗਿਆ, ਵਿਗੜਿਆ ਸੀ ਰਾਜਪੂਤ ਉਹ, ਕਹਿੰਦਾ ਠੀਕ ਆ ਖੜ ਗਿਆ ਉਹ, ਆ ਜਟਾਣੇ ਨੇ, ਜਟਾਣੇ ਦਾ ਸੀਗਾ ਸਾਡੇ ਤਾਂ ਆਉਂਦਾ ਹੀ ਜਾਂਦਾ ਰੋਜ਼ ਆ ਰਹਿੰਦਾ ਸੀ, ਜੈਮਨ ਸਿੰਘ ਸੀ ਨਾ ਉਹਦਾ, ਕਿਲੋ ਤੇਲ ਪੀ ਜਾਂਦਾ ਸੀ ਆ ਸਰੋਂ ਦਾ, ਅੜਿਆ ਨਾ ਤੇਲ ਵਾਲੇ ਆਉਂਦੇ ਨੀ ਸ਼ਨੀਵਾਰ ਵਾਲੇ, ਉਹ ਕਹਿੰਦਾ ਇਹ ਕੀ ਹੈ? ਕਹਿੰਦਾ ਲੈ ਮੈਨੂੰ ਦੇ, ਕਹਿੰਦਾ ਸ਼ਨੀਦੇਵ ਦਾ ਤੇਲ ਹੈ ਦੇਖ ਲੈ, ਕਹਿੰਦਾ ਸ਼ਨੀਦੇਵ ਨੂੰ ਕੱਢ ਲੈ ਆਪਣੇ ਵਿੱਚ, ਤਾਂ ਨਹੀਂ ਮੈਂ ਪੀਣਾ ਤੇਲ, ਪੀ ਜਾਣਾ ਤੇਰੇ ਸ਼ਨੀਦੇਵ ਨੂੰ ਦੇਖ ਲੂੰਗਾ, ਇਹਨੂੰ ਵੀ ਚੱਕ ਲੂੰ ਬਾਅਦ ਚ, ਕਿਲੋ ਹੀ ਤੇਲ ਪੀ ਗਿਆ। ਕਹਿੰਦਾ ਲੈ ਜਾ ਸ਼ਨੀਦੇਵ ਨੂੰ, ਮੈਨੂੰ ਦੇਖੂ ਕੀ ਹੋ ਗਿਆ। ਉਹਨੂੰ ਦੇਖ ਕੇ ਸ਼ਨੀਦੇਵ ਵਾਲੇ ਪਾਸੇ ਹੋ ਜਾਂਦੇ ਤੇ ਵੀ ਤੇਲ ਪੀਜੂ ਸਾਡਾ, ਉਹ ਜਿਹੜਾ ਸੰਗਤ ਸੀ ਸਾਡੇ ਨਾਲ, ਸਾਨੂੰ ਕਹਿੰਦੀ ਕੀ ਲੱਗਦਾ? ਕਹਿੰਦਾ ਜਿੱਥੇ ਗੋਲੀ ਮਾਰੇਗਾ ਉੱਥੇ ਵਰਸ਼ਾ ਮਾਰੂਗਾ, ਪਹਿਲਾ ਵਾਰ ਪਰ ਤੇਰਾ। ਹੁਣ ਉਹਨੂੰ ਵੀ ਪਤਾ ਸੀ ਜੇ ਤਾਂ ਗੋਲੀ ਮੈਂ ਉੱਥੇ ਮਾਰਤੀ 302 ਲੱਗ ਜਾਣੀ ਹੈ, ਇਹ 307 ਲੱਗੂਗੀ, ਲੱਕ ਤੋਂ ਥੱਲੇ ਗੋਲੀ ਮਾਰੀ ਹੈ 325 ਲੱਗਦੀ ਹੈ, 307 ਨਹੀਂ ਲੱਗਦੀ। ਉਹਨੇ ਪੱਟ ਜਿਹਨੂੰ ਗੋਲੀ ਮਾਰੀ ਉਹਨੇ ਛਾਲ ਮਾਰਤੀ, ਛਾਲ ਮਾਰਦਾ ਸੀ ਤਕੜੀ ਉਹ ਗੋਲੀ, ਉਹਦੇ ਇੱਥੇ ਕੁ ਲੱਗ ਗਈ ਗੋਡੇ ਤੋਂ ਥੱਲੇ, ਉਹਨੇ ਵਰਸ਼ਾ ਮਾਰਿਆ ਵਗਾ ਕੇ ਉਹਦੇ ਇੱਥੇ ਲੱਗਿਆ, ਉਹਦੇ ਵੀ ਪਿੰਨ ਐਂ ਵਰਸ਼ਾ ਨਹੀਂ ਖੜਾ ਸੀ, ਉਹਨੇ ਗੋਲੀ ਮਾਰਤੀ ਛਾਲ ਮਾਰ ਕੇ ਉਹਨੇ ਵਰਸ਼ਾ ਮਾਰਤਾ, ਉਹਦੇ ਇੱਥੇ ਦੀ ਖੜਤਾ ਵਰਸ਼ਾ, ਉਹ ਇੱਧਰ ਡਿੱਪੇ ਉਹ ਇੱਧਰ ਡਿੱਪੇ, ਇਹਨੇ ਉੱਥੋਂ ਉਹਦੇ ਬੰਦੇ ਆ ਗਏ ਉਹਨਾਂ ਨੇ ਉਹਦੇ ਪੰਜ ਸੱਤ ਹੋਰ ਠੋਕਤੀਆਂ ਸਾਡੇ ਨਿਹੰਗ ਸਿੰਘ ਦੇ, ਉਹ ਉੱਠ ਖੜਿਆ ਤਲਵਾਰ ਕੱਢ ਲਈ ਉਹਨੇ ਉੱਠ ਕੇ ਗੋਲੀ ਲੱਗੀ ਦੇ ਬਾਅਦ ਵੀ, ਉਹ ਵਰਸ਼ਾ ਵਿੱਚੋਂ ਨਿਕਲੇ ਤਾਂ ਉੱਠੇ ਉਹ। ਖੈਰ ਉਹ ਲੈ ਕੇ ਥਾਣੇ ਆ ਗਏ, ਪਰਚਾ ਹੋ ਗਿਆ ਉਹ, ਸਾਨੂੰ ਪਤਾ ਲੱਗ ਗਿਆ, ਬੁੱਢੇ ਦਾ ਪਤਾ ਲੱਗ ਗਿਆ, ਮੈਨੂੰ ਜਹਿਦਾਰ ਕਹਿੰਦੇ ਵੀ ਜਾ ਥਾਣੇਦਾਰ ਨੂੰ ਕਹਿੰਦੇ ਜਾ ਕੇ, ਇਹ ਜਿਉਂਦਾ ਸੀ ਨਾ ਆਪਣਾ
ਗਿਆਨੀ ਜੈਲ ਸਿੰਘ ਤਾਂ ਬਾਅਦ ਚ ਜੰਮੇ ਪ੍ਰਤਾਪ ਸਿੰਘ ਕਹਿ ਰੋ ਚੀਫ ਮਿਨਿਸਟਰ ਸੀ ਨਾ ਉਹ ਜਾ ਅਸੀਂ ਜਾ ਕੇ ਕਿਹਾ ਥਾਣੇਦਾਰ ਨੂੰ ਜਾਣਦਾ ਹੀ ਸੀਗਾ ਉਹ ਕਹੇ ਪਰਚਾ ਕਰੋ ਕਹਿੰਦੇ ਮੈਂ ਕਰਦਾ ਨੀ ਮੈਂ ਦੋਵਾਂ ਤੇ ਕਰੂੰਗਾ ਗੋਲੀ ਤੈਂ ਚਲਾਈਏ ਗੋਲੀ ਚਲਾਈਏ ਤੇਰੇ ਖੇਚੀ ਨੂੰ ਕਿਹਾ ਜਾਂਦਾ ਸੀ ਤੇਰੇ ਤੇ ਹਮਲਾ ਤਾਂ ਨੀ ਕੀਤਾ ਜੀ ਤੂੰ ਉੱਥੋਂ ਆਇਆ ਭੱਜ ਕੇ ਬਾਬਾ ਦੇਖਿਆ ਉਹਨੇ ਜਾ ਕੇ ਖੇਚੀ ਨੂੰ ਕਿਹਾ ਜਾਂਦਾ ਸੀ ਖੇਚੀ ਨੂੰ ਪਾਪ ਨਹੀਂ ਹੈ ਤੂੰ ਗੋਲੀ ਨਹੀਂ ਚਲਾ ਸਕਦਾ ਗੈਰ ਕਾਨੂੰਨੀ ਗੱਲ ਹੈ ਖੇਚੀ ਨੰਬਰ ਤੇ ਕੋਈ ਹਟਾ ਨਹੀਂ ਸਕਦਾ ਜਮੀਨ ਸਰਕਾਰ ਦੀ ਹੈ ਜ਼ਮੀਨ ਸਰਕਾਰ ਦੀ ਅਸਲੀ ਸਰਕਾਰ ਦੀ ਜ਼ਮੀਨ ਹੈ ਅਸੀਂ ਮਾਮਲਾ ਦਿੰਦੇ ਹਾਂ ਖੇਚ ਨੰਬਰ ਤੇ ਨਹੀਂ ਹਟਾ ਸਕਦੇ ਕਿਸੇ ਨੂੰ ਅਰੇ ਇੰਨਾ ਬੜਾ ਜੁਰਮ ਨਹੀਂ ਹੈਗਾ ਖੇਚ ਨੰਗਣਾ ਕਿ ਤੁਸੀਂ ਉੱਥੇ ਗੋਲੀ ਚਲਾ ਸਕੋ ਐਡਾ ਬੜਾ ਪਾਪ ਨਹੀਂ ਹੈ ਐਡਾ ਬੜਾ ਨੁਕਸਾਨ ਨਹੀਂ ਸੀ ਤੇਰਾ ਤੂੰ ਗੋਲੀ ਚਲਾ ਦਿੰਦੇ ਨਾਲੇ ਤਾਂ ਪਿਸਤੌਲ ਲੈ ਲਿਆ ਉਹਦਾ ਨਾਲੇ ਦੋਹਾਂ ਤੇ ਕੇਸ ਬਣਾਤਾ ਉੱਥੇ ਦੋਵੇਂ ਪਏ ਸਮਰਾਲੇ ਸਮਰਾਲੇ ਉਹਨੇ ਪਾ ਤਾ ਉਹ ਕਹੇ ਬਈ ਮੈਨੂੰ ਪਰਲੇ ਪਾਸੇ ਪਾਓ ਮੈਨੂੰ ਮਾਰ ਦੂਗਾ ਇਹ ਬੜਾ ਇਹਦਾ ਪ੍ਰਮਾਣ ਸੀ ਬਣਿਆ ਹੋਇਆ ਚੜਿਆ ਹੋਇਆ ਮੈਨੂੰ ਇਹਨੇ ਵੱਢ ਦੇਣਾ ਉੱਠ ਕੇ ਉਹ ਤਲਵਾਰ ਨਾਲ ਤਾਂ ਬਈ ਤਲਵਾਰ ਨਹੀਂ ਮੈਂ ਦੇਣੀ ਸਰਾਣੇ ਰੱਖੂਗਾ ਆਪਣੇ ਬੜੀ ਉਹ ਥਾਣੇਦਾਰ ਪੁਲਿਸ ਵਾਲੇ ਕਿਵੇਂ ਲੈਣ ਤਲਵਾਰ ਕਹਿੰਦਾ ਨੇੜੇ ਆਓ ਪੁਲਿਸ ਵਾਲੇ ਨੂੰ ਕਹਿੰਦਾ ਤਲਵਾਰ ਕਹਿੰਦਾ ਵੱਢ ਕੇ ਰੱਖ ਦੂੰਗਾ ਮੈਂ ਤਲਵਾਰ ਤੁਸੀਂ ਮੇਰੀ ਕਿਵੇਂ ਲੈ ਲਓਗੇ ਸੀ ਗਾਰਡ ਬੈਠਾ ਉਹ ਕਹਿੰਦੇ ਬਾਬਾ ਰੱਖ ਲੈ ਸਰਾਣੇ ਤੈਨੂੰ ਕੋਈ ਨੀ ਕੁਛ ਕਹਿੰਦਾ ਅਸੀਂ ਕਹਿ ਰੱਖ ਲੈਣ ਤੋਂ ਕੋਈ ਨਹੀਂ ਅਸੀਂ ਕੋਲ ਕੁਛ ਨਹੀਂ ਹੁੰਦਾ ਉਹ ਉੱਧਰ ਪੈਂਦਾ ਨਹੀਂ ਸੀ ਬਾਅਦ ਚ ਉਹਦਾ ਪਰਛਾਵਾਂ ਨਹੀਂ ਸੀ ਚੱਲਦਾ ਇਹ ਸਾਰੇ ਵਿਰੋਧੀ ਸੀ ਅੰਦਰੋਂ ਅਸੀਂ ਸਾਰਿਆਂ ਨੂੰ ਜਾਣਦੇ ਹਾਂ ਇਹਨਾਂ ਨੂੰ